ਹਾਂਜੀ ਤੁਹਾਡੇ ਆਪਣੇ YouTube ਚੈਨਲ GNDS ਅਕੈਡਮੀ ਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਜੀ ਆਪਾਂ ਲੈ ਕੇ ਆਏ ਆਂ ਆਪਣੀ ਅੱਜ ਦੀ ਡੈਮੋ ਕਲਾਸ ਦਾ ਤੀਜਾ ਭਾਗ ਇਸ ਤੋਂ ਪਹਿਲਾਂ ਆਪਾਂ ਦੋ ਭਾਗ ਕਰ ਚੁੱਕੇ ਹਾਂ ਜੀ ਕਿਰਪਾ ਕਰਕੇ ਉਹਨਾਂ ਨੂੰ ਤੁਸੀਂ ਜ਼ਰੂਰ ਦੇਖੋ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਏ ਨੇ ਜਿਹੜੀਆਂ ਡੈਮੋ ਕਲਾਸਾਂ ਨੇ ਇਹਨਾਂ ਦਾ ਬੈਚ ਹੈ ਜਿਹੜਾ 5 ਜੂਨ ਨੂੰ ਸ਼ੁਰੂ ਹੋਣ ਜਾ ਰਿਹਾ ਹੈ ਬੈਚ ਪਹਿਲਾ ਇਸੇ ਤਰ੍ਹਾਂ ਮਹੀਨੇ ਵਿੱਚ ਇੱਕ ਇੱਕ ਮਹੀਨੇ ਬਾਅਦ ਜਿਹੜਾ ਹੈਗਾ ਬੈਚ ਆਪਾਂ ਸ਼ੁਰੂ ਕਰਾਂਗੇ ਸੋ ਇਹ ਵਾਚ ਪਹਿਲਾ ਜਿਹੜਾ ਹਿਸਟਰੀ ਦਾ ਸ਼ੁਰੂ ਕਰਨ ਜਾ ਰਹੇ ਆ ਜਿਹੜੇ ਵੀ ਕਿਸੇ ਸਾਥੀ ਨੇ ਵਾਚ ਬਾਏ ਕਰਨਾ ਤਾਂ ਉਹ ਸਾਨੂੰ WhatsApp ਤੇ ਮੈਸੇਜ ਕਰਕੇ ਜਾਣਕਾਰੀ ਲੈ ਸਕਦਾ ਜੀ Google Play Store ਤੇ ਆਪਣੀ ਅਫੀਸ਼ੀਅਲ ਐਪ ਪਈ ਹੈ ਉਹਨੂੰ ਤੁਸੀਂ ਜ਼ਰੂਰ ਡਾਊਨਲੋਡ ਕਰੋ ਉੱਥੇ ਤੁਹਾਨੂੰ ਹਰ ਇੱਕ ਅਪਡੇਟ ਮਿਲਦੀ ਰਹਿੰਦੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਫ੍ਰੀ Telegram ਲਿੰਕ ਤੇ ਫ੍ਰੀ WhatsApp ਗਰੁੱਪ ਦੇ ਲਿੰਕ ਪਏ ਨੇ ਉਹਨਾਂ ਨੂੰ ਵੀ ਤੁਸੀਂ ਜੁਆਇਨ ਜ਼ਰੂਰ ਕਰੋ ਇਹ ਤਿੰਨੋਂ ਡੈਮੋ ਕਲਾਸਾਂ ਦੀ ਫ੍ਰੀ PDF ਹੈ ਜਿਹੜੀ ਉਹ ਤੁਹਾਨੂੰ ਆਪਣੀ ਐਪ ਦੇ ਵਿੱਚ ਮਿਲੂਗੀ ਜੀ ਐਪ ਦੇ ਵਿੱਚ ਤੁਸੀਂ ਇਸ ਨੂੰ ਫ੍ਰੀ ਰੀਡ ਕਰ ਸਕਦੇ ਹੋ ਨੋਟ ਕਰ ਸਕਦੇ ਹੋ ਸੋ ਆਓ ਜੀ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਅੱਜ ਦੀ ਕਲਾਸ ਦਾ ਆਪਣਾ ਜਿਹੜਾ ਹੈਗਾ ਟਾਪਿਕ ਜਿੱਥੋਂ ਤੱਕ ਆਪਾਂ ਪਿਛਲਾ ਟਾਪਿਕ ਕੀਤਾ ਸੀ ਉਹ ਸੀਗਾ ਜੀ ਮਨੋਰੰਜਨ ਦੇ ਸਾਧਨਾਂ ਤੱਕ ਸਮਾਜ ਰਾਜਨੀਤਿਕ ਜੀਵਨ ਤੇ ਹੁਣ ਆਪਾਂ ਅੰਤਮ ਸੰਸਕਾਰ ਵਾਲਾ ਟਾਪਿਕ ਕਰਨ ਜਾ ਰਹੇ ਹਾਂ ਇਹਦੇ ਵਿੱਚ ਕੀ ਹੈ ਕਿ ਉਸ ਟਾਈਮ ਤੇ ਅੰਤਮ ਸੰਸਕਾਰ ਦੀਆਂ ਕਿਹੜੀਆਂ-ਕਿਹੜੀਆਂ ਰਸਮਾਂ ਸੀ ਲਾਸ਼ਾਂ ਨੂੰ ਅੰਤਮ ਸੰਸਕਾਰ ਦੇ ਲਈ ਤਿੰਨ ਤਰੀਕਿਆਂ ਦੇ ਨਾਲ ਜਿਹੜਾ ਹੈਗਾ ਡੇਮੇਜ ਕੀਤਾ ਜਾਂਦਾ ਸੀਗਾ ਜੀ ਧਿਆਨ ਚ ਰੱਖਣਾ ਇੱਕ ਸੰਪੂਰਨ ਸੰਸਕਾਰ ਹੁੰਦਾ ਸੀ ਇਹਦੇ ਵਿੱਚ ਲਾਸ਼ ਨੂੰ ਜਿਹੜਾ ਹੈਗਾ ਜ਼ਮੀਨ ਦੇ ਵਿੱਚ ਦੱਬ ਦਿੱਤਾ ਜਾਂਦਾ ਸੀ ਅੰਸ਼ਕ ਦਫਨਾਉਣਾ ਹੁੰਦਾ ਸੀ ਜੀ ਪਹਿਲਾਂ ਜਾਨਵਰਾਂ ਤੇ ਪੰਛੀਆਂ ਦੇ ਅੱਗੇ ਸਟਿਆ ਜਾਂਦਾ ਸੀ ਲਾਸ਼ ਨੂੰ ਤੇ ਬਾਅਦ ਦੇ ਵਿੱਚ ਫਿਰ ਜਦੋਂ ਜਿਹੜਾ ਬਚਿਆ ਕੁਝ ਆ ਜਿਹੜਾ ਸਰੀਰ ਦਾ ਭਾਗ ਹੁੰਦੇ ਸੀ ਹੱਡੀਆਂ ਹੁੰਦੀਆਂ ਸੀ ਉਹਨਾਂ ਨੂੰ ਜ਼ਮੀਨ ਦੇ ਵਿੱਚ ਦਫਨਾ ਦਿੱਤਾ ਜਾਂਦਾ ਸੀ ਤੇ ਤੀਜਾ ਸੀਗਾ ਜੀ ਦਾ ਸੰਸਕਾਰ ਮਰਨ ਤੋਂ ਬਾਅਦ ਜਿਹੜਾ ਹੈਗਾ ਬਾਡੀ ਦਾ ਪੂਰੀ ਦਾ ਜਿਹੜਾ ਹੈਗਾ ਸੰਸਕਾਰ ਕਰ ਦਿੱਤਾ ਜਾਂਦਾ ਸੀ ਹਾਂਜੀ ਹੜੱppa ਤੋਂ ਸਾਨੂੰ ਅੰਸ਼ਕ ਦਫਨਾਉਣ ਮਹੰਜੋਦੜੋ ਤੋਂ ਸਾਨੂੰ ਕਲਸ਼ ਦਫਨਾਉਣ ਤੇ ਕਾਲੀ ਬੰਗਾਂ ਤੋਂ ਜਿਹੜੇ ਪ੍ਰਤੀਆਤਮਕ ਦਫਨਾਉਣ ਦੇ ਸਬੂਤ ਮਿਲੇ ਹੈ ਜੀ ਇਹਨੂੰ ਧਿਆਨ ਚ ਰੱਖਣਾ ਹੜੱppa ਦੇ ਵਿੱਚ ਲਾਸ਼ਾਂ ਨੂੰ ਦਫਨਾਉਣ ਅਤੇ ਮਹੰਜੋਦੜੋ ਵਿੱਚ ਸਾੜਨ ਦੀ ਪ੍ਰਥਾ ਮੌਜੂਦ ਸੀਗੀ ਹੜੱppa ਦੇ ਵਿੱਚ ਲਾਸ਼ਾਂ ਨੂੰ ਉੱਤਰ ਦੱਖਣ ਦਿਸ਼ਾ ਦੇ ਵਿੱਚ ਦਫਨਾਇਆ ਜਾਂਦਾ ਸੀਗਾ ਜਿਸ ਦਾ ਸੈਰ ਉੱਤਰ ਵੱਲ ਰੱਖਿਆ ਜਾਂਦਾ ਸੀ ਮਤਲਬ ਮੁਰਦੇ ਦਾ ਸੈਰਾ ਜਿਹੜਾ ਉਹ ਉੱਤਰ ਦਿਸ਼ਾ ਦੇ ਵੱਲ ਰੱਖਿਆ ਜਾਂਦਾ ਸੀਗਾ ਜੀ ਲਾਸ਼ਾਂ ਦੇ ਚਿੱਤਰਨ ਦੇ ਵਿੱਚ ਮੋਰ ਦਾ ਚਿੰਨ ਵੀ ਵਰਤਿਆ ਗਿਆ ਜੀ ਹਾਂ ਜੀ ਅੱਗੇ ਆ ਦੋ ਧਾਰਮਿਕ ਜੀਵਨ ਜੀ ਧਾਰਮਿਕ ਜੀਵਨ ਦੇ ਵਿੱਚ ਹੜੱਪਾ ਸਭਿਅਤਾ ਮੁੱਖ ਤੌਰ ਤੇ ਧਰਮ ਨਿਰਪੱਖ ਸਭਿਅਤਾ ਸੀ ਇਸ ਦੇ ਵਿੱਚ ਧਾਰਮਿਕ ਤੱਤ ਮਜੂਦ ਸੀ ਪਰ ਇਹ ਪ੍ਰਭਾਵਸ਼ਾਲੀ ਨਹੀਂ ਸੀ ਕਿ ਜੀ ਪਰ ਤੱਤਵ ਸਥਾਨਾਂ ਤੋਂ ਮਿਲੇ ਵਸ਼ੇਸ਼ਾਂ ਦੇ ਆਧਾਰ ਤੇ ਪਤਾ ਲੱਗਦਾ ਹੈ ਕਿ ਹੜੱਪਾ ਸਭਿਅਤਾ ਦੇ ਲੋਕ ਮਾਂ ਦੇਵੀ, ਨਰ ਦੇਵਤਾ ਪਸ਼ੂਪਤੀਨਾਥ, ਲਿੰਗ, ਜੋਨੀ, ਰੁਖ, ਪਾਣੀ ਆਦਿ ਦੀ ਪੂਜਾ ਕਰਦੇ ਸੀਗੇ। ਸਭ ਤੋਂ ਵੱਧ ਪੂਜਣ ਵਾਲੀ ਮਾਂ ਦੇਵੀ ਹੁੰਦੀ ਸੀਗੀ ਜੀ ਤੇ ਮਾਰਸ਼ਲ ਨੇ ਦੇਵੀ ਮਾਂ ਨੂੰ ਧਰਤੀ ਦੇਵੀ ਕਿਹਾ ਹੈ। ਠੀਕ ਹੈ ਜੀ ਜੌਨ ਮਾਰਸ਼ਲ ਨੇ ਮਾਂ ਦੇਵੀ ਨੂੰ ਧਰਤੀ ਦੇਵੀ ਦੀ ਪੂਜਾ ਕਿਹਾ ਵੀ ਉਹ ਧਰਤੀ ਦੇਵੀ ਦੀ ਪੂਜਾ ਕਰਦੇ ਸੀ। ਮਹੰਜੋਦੜੋ ਤੋਂ ਮਿਲੀ ਮੋਰ ਤੇ ਤਿੰਨ ਚਿਹਰਿਆਂ ਵਾਲਾ ਇੱਕ ਆਦਮੀ ਜਿਹੜਾ ਹੈ ਧਿਆਨ ਦੀ ਸਥਿਤੀ ਦੇ ਵਿੱਚ ਬੈਠਾ ਉਸਦੇ ਸਿਰ ਤੇ ਤਨ ਸੰਗ ਹੈ ਜੀ ਇਸ ਮੂਰ ਦੇ ਪੰਜ ਪੰਜ ਕਿਸਮਾਂ ਦੇ 6 ਜਾਨਵਰ ਸਾਨੂੰ ਦੇਖਣ ਨੂੰ ਮਿਲਦੇ ਆ ਖੱਬੇ ਪਾਸੇ ਇੱਕ ਗੈਂਡਾ ਅਤੇ ਇੱਕ ਮੱਝ ਅਤੇ ਸੱਜੇ ਪਾਸੇ ਇੱਕ ਹਾਥੀ ਤੇ ਇੱਕ ਚੀਤਾ ਜਿਹੜੇ ਹੈਗੇ ਆ ਸਾਹਮਣੇ ਦੋ ਹਿਰਨ ਹਨ ਇਸ ਤਰ੍ਹਾਂ ਦਾ ਦ੍ਰਿਸ਼ ਮਿਲਦਾ ਇਸ ਮੂਰਤੇ ਇਸ ਨੂੰ ਜਿਹੜਾ ਹੈਗਾ ਪਸ਼ੂਪਤੀ ਨੂੰ ਸ਼ਿਵ ਦਾ ਰੂਪ ਮੰਨਿਆ ਜਾਂਦਾ ਸੀ ਇਸ ਟਾਈਮ ਤੇ ਮਾਰਸ਼ਲ ਨੇ ਜਿਹੜਾ ਹੈਗਾ ਇਸ ਨੂੰ ਸ਼ਿਵ ਜਾਂ ਪ੍ਰੋਟੋ ਸ਼ਿਵ ਜਿਹੜਾ ਹੈਗਾ ਉਹ ਕਿਹਾ ਹੈ ਠੀਕ ਹੈ ਜੀ ਇਹ ਕੁਐਸਚਨ ਆ ਜਾਂਦਾ ਹੁੰਦਾ ਧਿਆਨ ਦੇ ਵਿੱਚ ਰੱਖਿਓ ਜੀ ਸੋ ਅੱਗੇ ਚੱਲਦੇ ਹਾਂ ਜੀ ਸੌਰੀ ਹਾਂਜੀ ਪਸ਼ੂਪਤੀ ਜਗੇਸ਼ਵਰ ਅਤੇ ਨਟਰਾਜ ਵਜੋਂ ਸ਼ਿਵ ਦੀ ਪੂਜਾ ਤੇ ਮਾਂ ਸ਼ਕਤੀ ਦੀ ਪੂਜਾ ਜਿਹੜੀ ਹੈਗੀ ਆ ਕੀਤੀ ਜਾਂਦੀ ਸੀ ਪਿੱਪਲ ਦੇ ਦਰਖਤ ਦੀ ਜਿਹਨੂੰ ਅਸ਼ਵਸ ਕਿਹਾ ਜਾਂਦਾ ਸੀ ਇਹਦੀ ਪੂਜਾ ਵੀ ਕੀਤੀ ਜਾਂਦੀ ਸੀ ਬਲਤ ਅਤੇ ਕਈ ਜਾਨਵਰਾਂ ਦਾ ਦੇਵਤਿਆਂ ਦੇ ਨਾਲ ਸੰਬੰਧ ਲਿੰਗ ਪੂਜਾ ਪਾਣੀ ਸ਼ੋਤਾਂ ਮੂਰਤੀ ਪੂਜਾ ਯੋਗ ਅਭਿਆਸ ਬਲੀਦਾਨ ਆਨ ਤਤਵਾਦ ਦੇ ਵਿੱਚ ਭਾਰਤੀ ਧਾਰਮਿਕ ਉਹ ਜੀਵਨ ਦੇ ਵਿੱਚ ਜਿਹੜਾ ਹੈਗਾ ਸਿੰਧੂ ਸਭਿਆਤਾ ਤੋਂ ਲਏ ਗਏ ਸੀਗੇ ਹੜੱਪਾ ਸਭਿਆਤਾ ਦੇ ਲੋਕ ਧਰਤੀ ਨੂੰ ਉਪਜਾਊ ਸ਼ਕਤੀ ਦੀ ਦੇਵੀ ਦੇਵਜੋ ਪੂਜਾ ਕਰਦੇ ਸੀ ਮੂਰਤੀ ਪੂਜਾ ਸਿੰਧੂ ਸਭਿਆਤਾ ਤੋਂ ਹੀ ਸ਼ੁਰੂ ਹੋਈ ਮੰਨੀ ਜਾਂਦੀ ਹੈ ਠੀਕ ਹੈ ਜੀ ਤੇ ਵੈਸੇ ਇਹ ਜਿਹੜਾ ਹੈਗਾ ਇਹ ਜ਼ਿਆਦਾਤਰ ਮੰਨਦੇ ਆ ਕਿ ਜਿਹੜਾ ਹੈਗਾ ਜੈਨ ਤੇ ਬੁੱਧ ਧਰਮ ਦੇ ਵਿੱਚ ਜਦੋਂ ਮੂਰਤੀ ਪੂਜਾ ਠੀਕ ਹੈ ਮਹਾਵੀਰ ਦਾ ਤੇ ਉਹਨਾਂ ਦੀਆਂ ਮੂਰਤੀਆਂ ਬਣੀਆਂ ਤਾਂ ਉਦੋਂ ਹੀ ਸ਼ੁਰੂ ਹੋਈ ਹੈ ਕਾਲੀਬੰਗਾ ਤੋਂ ਵੀ ਅਗਨੀਕੁੰਡ ਮਿਲਿਆ ਜੀ ਇਹ ਸ਼ਾਇਦ ਬਲੀ ਦੀਆਂ ਦੇ ਜਿਹੜੀਆਂ ਹੈਗੀਆਂ ਦੇਵੀਆਂ ਸਨ ਠੀਕ ਹੈ ਜਾਂ ਬਲੀ ਦੇ ਨਿਸ਼ਾਨ ਮਿਲੇ ਇੱਥੋਂ ਸਾਨੂੰ ਵੀ ਬਲੀ ਦਿੱਤੀ ਜਾਂਦੀ ਸੀ ਇੱਥੇ ਹੜੱਪਾ ਸਭਿਅਤਾ ਤੋਂ ਮਿਲੇ ਸੁਆਸਤਕ ਦੇ ਚੱਕਰ ਤੇ ਸੂਰਜ ਦੀ ਪੂਜਾ ਦੇ ਪ੍ਰਤੀਕ ਮੰਨੇ ਗਏ ਆ ਸੁਆਸਤਕ ਚਿੰਨ ਸ਼ਾਇਦ ਹੜੱਪਾ ਸਭਿਅਤਾ ਦਾ ਤੋਹਫਾ ਹੈ ਸੱਪ ਪੂਜਾ ਜਲ ਪੂਜਾ ਤੇ ਯੋਗਾ ਪ੍ਰਚਲਿਤ ਸੀਗੇ ਉਸ ਟਾਈਮ ਤੇ ਮਹੰਜੋਦੜੋ ਅਤੇ ਕਾਲੀਬੰਗਾ ਤੋਂ ਪ੍ਰਾਪਤ ਕੁਝ ਮੋਹਰਾਂ ਅਤੇ ਪਸ਼ੂ ਬਲੀ ਦੇ ਸਬੂਤ ਵੀ ਮਿਲੇ ਆ ਜੀ ਭਾਰਤ ਦੇ ਵਿੱਚ ਲਿੰਗ ਦੀ ਪੂਜਾ ਸੰਭਵ ਤੌਰ ਤੇ ਪ੍ਰੋਟੋ ਆਸਟ੍ਰੋਲਾਈਟ ਨਸਲ ਦੇ ਵਿੱਚ ਹੋਈ ਮੰਨੀ ਜਾਂਦੀ ਹੈ ਪੀਪਲ ਸਭ ਤੋਂ ਜਿਹੜਾ ਹੈਗਾ ਪਵਿੱਤਰ ਰੁੱਖ ਸੀਗਾ ਪੀਪਲ ਦਾ ਦਰਖਤ ਤੇ ਬੱਤਕ ਜਿਹਨੂੰ ਫਖਤਾ ਵੀ ਕਿਹਾ ਜਾਂਦਾ ਨੂੰ ਪਵਿੱਤਰ ਪੰਛੀ ਮੰਨਿਆ ਗਿਆ ਜੀ ਹਾਜਾ ਪੰਛੀ ਮੋਰ ਦਾ ਵੀ ਮਹੱਤਵ ਸੀਗਾ ਜੀ ਅੱਗੇ ਚੱਲਦੇ ਆ ਜੀ ਕਹਿੰਦੇ ਹੜੱਪਾ ਸਭਿਅਤਾ ਦੇ ਕਿਸੇ ਵੀ ਸਥਾਨ ਤੋਂ ਮੰਦਰ ਦੇ ਵਿਸ਼ੇਸ਼ ਨਹੀਂ ਮਿਲੇ ਪੁਆਇੰਟ ਨੂੰ ਧਿਆਨ ਚ ਰੱਖਣਾ ਪਰ ਬਣਾਵਲੀ ਜੀ ਇੱਕ ਇਮਾਰਤ ਤੋਂ ਇਹ ਮੰਦਰ ਹੋਣ ਦਾ ਅੰਦਾਜ਼ਾ ਲਗਾਇਆ ਜਾਂਦਾ ਹੈਗਾ ਆਜੋ ਜੀ ਅੱਗੇ ਆਰਥਿਕ ਜੀਵਨ ਦੀ ਗੱਲ ਕਰਦੇ ਹਾਂ ਜੀ ਹੜੱਪਾ ਸਭਿਅਤਾ ਦੀ ਆਰਥਿਕ ਪ੍ਰਣਾਲੀ ਆਰਥਿਕ ਢਾਂਚਾ ਕਿਹੋ ਜਿਹਾ ਸੀਗਾ ਆਰਥਿਕ ਜੀਵਨ ਦੇ ਵਿੱਚ ਆਰਥਿਕਤਾ ਮੇਨ ਖੇਤੀਬਾੜੀ ਤੇ ਪਸ਼ੂ ਪਾਲਣ ਨਾਲ ਪਾਲਣ ਦੇ ਨਾਲ ਨਾਲ ਅੰਦਰੂਨੀ ਤੇ ਵਿਦੇਸ਼ੀ ਜਿਹੜਾ ਵਪਾਰ ਹੈ ਇਹਨਾਂ ਤੇ ਨਿਰਭਰ ਸੀ ਪਹਿਲਾਂ ਗੱਲ ਕਰਦੇ ਹਾਂ ਜੀ ਖੇਤੀਬਾੜੀ ਦੀ ਖੜੱਪਾ ਸਭਿਅਤਾ ਦੇ ਵਿੱਚ ਵਪਾਰ ਹੈ ਜਿਹੜਾ ਉਹ ਮੁੱਖੀ ਸੀ ਪਰ ਖੇਤੀਬਾੜੀ ਰੋਜੀ ਰੋਟੀ ਅਤੇ ਆਰਥਿਕਤਾ ਦਾ ਮੁੱਖ ਆਧਾਰ ਸੀਗਾ ਹੜੱਪਾ ਸਭਿਅਤਾ ਦੇ ਵਿੱਚ ਕੋਈ ਹਲ ਜਾਂ ਫੌੜਾ ਨਹੀਂ ਮਿਲਿਆ ਪਰ ਕਾਲੀ ਮੰਗਾ ਤੋਂ ਪੂਰਵ ਹੜੱਪਾ ਪੱਧਰ ਦੇ ਹਲ ਵਾਲੇ ਖੇਤਾਂ ਦੇ ਸਬੂਤ ਸਾਨੂੰ ਮਿਲੇ ਆ। ਸ਼ਾਇਦ ਹੜੱਪਾ ਸਭਿਅਤਾ ਦੇ ਲੋਕ ਲੱਕੜ ਦੇ ਹਲ ਦੀ ਵਰਤੋਂ ਕਰਦੇ ਸੀਗੇ। ਬਲੋਚਿਸਤਾਨ, ਪੰਜਾਬ ਅਤੇ ਸਿੰਧ ਹੜੱਪਾ ਸਭਿਅਤਾ ਦੇ ਪੂਰਵ ਹੜੱਪਾ ਖੇਤੀ ਸਭਿਅਤਾ ਦਾ ਇੱਕ ਵਿਕਸਤ ਰੂਪ ਸੀਗਾ ਜੀ। ਠੀਕ ਆ ਹੁਣ ਦੇਖੋ ਵੀ ਇੱਥੇ ਮੇਨ ਕੀ ਐ ਖੇਤੀਬਾੜੀ ਦੇ ਵਿੱਚ ਕਿ ਵਪਾਰ ਜਿਹੜਾ ਮੁੱਖ ਸੀਗਾ ਸਾਧਨ ਹੜੱਪਾ ਦੇ ਵਿੱਚ ਹਨਾ ਵਪਾਰ ਦਾ ਸਾਧਨ ਪਰ ਜਿਹੜੀ ਰੋਜੀ ਰੋਟੀ ਆ ਆਮ ਲੋਕਾਂ ਦੀ ਆਰਥਿਕਤਾ ਉਹ ਖੇਤੀਬਾੜੀ ਤੇ ਨਿਰਭਰ ਸੀਗੀ ਦੂਜਾ ਕੀ ਹੈ ਇੱਥੋਂ ਸਾਨੂੰ ਕੋਈ ਹੜੱਪਾ ਦੇ ਵਿੱਚੋਂ ਹਾਲ ਜਾਂ ਫੌੜਾ ਮਤਲਬ ਖੇਤੀ ਦੇ ਸੰਤ ਤਾਂ ਨਹੀਂ ਮਿਲੇ ਕਾਲੀ ਮੰਗਾ ਦੇ ਵਿੱਚ ਸਾਨੂੰ ਕੀ ਹੈ ਕਿ ਪੂਰਾ ਹੜੱਪਾ ਕਾਲ ਦੇ ਸਮੇਂ ਦਾ ਹਾਲ ਦੇਖਣ ਨੂੰ ਮਿਲਿਆ ਇਸੇ ਕਰਕੇ ਜਿਹੜਾ ਹੈਗਾ ਲੋਕ ਹੈ ਉਹ ਕਹਿੰਦੇ ਉਸ ਟਾਈਮ ਤੇ ਲੱਕੜ ਦੇ ਹਲ ਦੀ ਵਰਤੋਂ ਕਰਦੇ ਸੀ ਇਵੇਂ ਹੀ ਬਲੋਚਿਸਤਾਨ ਪੰਜਾਬ ਅਤੇ ਸਿੰਧ ਦੇ ਜਿਹੜਾ ਮੌਜੂਦਾ ਪਾਕਿਸਤਾਨ ਤੇ ਅਫਗਾਨਿਸਤਾਨ ਦੀ ਉੱਪਰਲੀ ਹੱਦ بلوچستان ਦਾ ਇਲਾਕਾ ਜਿਹੜਾ ਉੱਥੇ ਖੇਤੀ ਸੱਭਿਆਚਾਰਾਂ ਦਾ ਇੱਕ ਵਿਕਸਤ ਰੂਪ ਪਾਇਆ ਗਿਆ ਇਹ ਮਤਲਬ ਉੱਥੇ ਪੂਰੀ ਤਰ੍ਹਾਂ ਨਾਰਡਵੈਲਪ ਸੀਗੀ ਸੱਭਿਆਚਾਰ ਖੇਤੀ ਦੇ ਲਈ ਹੜੱਪਾ ਸੱਭਿਆਚਾਰ ਦਾ ਜ਼ਿਆਦਾਤਰ ਭੂਗੋਲਕ ਵਿਸਤਾਰ ਅਰਧ ਸੁੱਕਾ ਖੇਤਰ ਸੀਗਾ ਹੜੱਪਾ ਸੱਭਿਆਚਾਰ ਦੀ ਇਹ ਪਜਾਊ ਸ਼ਕਤੀ ਦਾ ਮੁੱਖ ਕਾਰਨ ਸਿੰਧੂ ਨਦੀ ਦੇ ਵਿੱਚ ਪਾਣੀ ਦੀ ਸਲਾਨਾ ਆਮਦ ਸੀਗੀ ਠੀਕ ਹੈ ਜੀ ਇਸੇ ਕਰਕੇ ਸੱਭਿਆਚਾਰ ਇੱਥੇ ਬਹੁਤ ਲੰਬੇ ਟਾਈਮ ਤੱਕ ਰਹੀ ਇੱਥੇ ਬਸੀ ਕਿਉਂਕਿ ਜੀਓਗ੍ਰਾਫਿਕਲੀ ਤੌਰ ਤੇ ਕੁਦਰਤੀ ਤੌਰ ਤੇ ਪਾਣੀ ਦੀ ਜਿਹੜੀ ਹੈਗੀ ਇੱਥੇ ਬਹੁਤ ਆਤ ਸੀਗੀ ਤੇ ਅਪਜਾਓ ਇਲਾਕਾ ਸੀਗਾ ਇਹ بلوچستان ਦੇ ਵਿੱਚ ਗਵਾਰਮਨ ਡੈਮ ਅਫਗਾਨਿਸਤਾਨ ਦੇ ਵਿੱਚ ਸੁਰਤਗੋਈ ਜਾਂ ਸੁਰਤਗਵਾਈ ਦੇ ਤੋਂ ਨਹਿਰਾਂ ਦੇ ਸਬੂਤ ਮਿਲੇ ਆ ਸਾਨੂੰ ਵੀ ਇੱਥੇ ਨਹਿਰਾਂ ਵੀ ਵਗਦੀਆਂ ਸੀ ਉਹ ਬਾਢੀ ਲਈ ਪੱਥਰ ਦੀ ਦਾਤਰੀ ਦੀ ਵਰਤੋਂ ਕਰਦੇ ਸੀਗੇ ਹੁਣ ਦੰਦ ਦੇ ਲੋਹੇ ਦੇ ਦੰਦਿਆਂ ਵਾਲੀ ਦਾਤਰੀ ਹੈ ਤੇ ਉਸ ਟਾਈਮ ਤੇ ਪੱਥਰ ਦੀ ਦਾਤ ਹੀ ਵਰਤੀ ਜਾਂਦੀ ਸੀ ਮਹਨਜੋਦੜੋ ਹੜੱਪਾ ਤੇ ਹੋਰ ਸ਼ਹਿਰਾਂ ਤੋਂ ਅਨਾਜ ਭੰਡਾਰਾਂ ਦੇ ਸਬੂਤ ਖੇਤੀਬਾੜੀ ਦੇ ਇੱਕ ਉਨਤ ਪੜਾਅ ਨੂੰ ਦਰਸਾਉਂਦੇ ਐ ਜੀ ਹੜੱਪਾ ਸਭਿਆਤਾ ਦੇ ਲੋਕ ਨਵੰਬਰ ਦੇ ਮਹੀਨੇ ਹੜ੍ਹ ਦੇ ਪਾਣੀ ਦੇ ਘਟ ਜਾਣ ਤੋਂ ਬਾਅਦ ਉਪਜਾਊ ਮਿੱਟੀ ਦੇ ਵਿੱਚ ਕਣਕ ਨੂੰ ਤੇ ਜੌਆਂ ਨੂੰ ਬੀਜ ਦਿੰਦੇ ਸੀ ਤੇ ਅਪ੍ਰੈਲ ਦੇ ਵਿੱਚ ਇਹਨਾਂ ਦੀ ਕਟਾਈ ਕਰ ਲੈਂਦੇ ਸੀਗੇ ਠੀਕ ਹੈ ਜੀ ਜੀ ਜਦੋਂ ਹੜ੍ਹਾਂ ਦਾ ਪਾਣੀ ਉੱਤਰ ਜਾਂਦਾ ਸੀ ਮਤਲਬ ਵਰਖਾ ਦਾ ਮੌਸਮ ਆ ਜਿਹੜਾ ਉਹ ਲੰਘ ਜਾਂਦਾ ਸੀ ਤਾਂ ਫਿਰ ਕਣਕ ਦੀ ਬਿਜਾਈ ਕੀਤੀ ਜਾਂਦੀ ਸੀ ਅੱਗੇ ਆਜੋ ਜੀ ਮੁੱਖ ਫਸਲਾਂ ਹੁਣ ਦੇਖੋ ਵੀ ਮੁੱਖ ਫਸਲਾਂ ਦੇ ਵਿੱਚ ਜਦੋਂ ਆਪਾਂ ਜਾਵਾਂਗੇ ਤਾਂ ਇਹਦੇ ਵਿੱਚ ਸਭ ਤੋਂ ਮੇਨ ਤਾਂ ਇਹ ਹੀ ਆ ਨਾ ਕਣਕ, ਚੌਲ ਤੇ ਜੋ ਤੇ ਅੱਗੇ ਹੋਰ ਫਸਲਾਂ ਵੀ ਜਿਹੜੀਆਂ ਵਿਕਸਤ ਸੀਗੀਆਂ ਉਹਨਾਂ ਦੀ ਗੱਲ ਕਰਦੇ ਹਾਂ ਤੇ ਉਹ ਕਿੱਥੋਂ ਪਾਈਆਂ ਗਈਆਂ ਖੜੱppa ਸੱਭਿਆਤਾ ਵਿੱਚ ਹੁਣ ਤੱਕ 9 ਕਿਸਮ ਦੀਆਂ ਫਸਲਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ ਜਿਦੇ ਵਿੱਚ ਚੌਲ, ਕਣਕ, ਕਣਕ ਦੀਆਂ ਤਿੰਨ ਕਿਸਮਾਂ ਮਿਲਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਅੱਗੇ ਵੀ ਕਰਾਂਗੇ ਨਹੀਂ ਆਪਣੀ ਜਿਹੜੀ ਕਲਾਸ ਆਪਾਂ ਫ੍ਰੀ ਲਾਉਨੇ ਆ ਨਾ ਉਹਦੇ ਵਿੱਚ ਪਈਆਂ ਕੀਤੀਆਂ ਹੋਈਆਂ ਤਿੰਨੋਂ ਕਿਸਮਾਂ ਤੇ ਉਹਨੂੰ ਜ਼ਰੂਰ ਦੇਖ ਲਿਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ ਫ੍ਰੀ ਮਾਸਟਰ ਕਲਾਸ 23 ਦਾ ਬੈਚ ਹੈ ਜਿਹੜਾ YouTube ਤੇ ਆਪਣਾ ਚੱਲ ਰਿਹਾ ਠੀਕ ਹੈ ਐਕਸਪਲੇਨੇਸ਼ਨ ਕੁਐਸਚਨਾਂ ਦੀ ਕਰਦੇ ਆਂ ਆਪਾਂ ਤੇ ਉਹਦੇ ਵਿੱਚ ਹੀ ਪਈਆਂ ਨੇ ਉਹਨਾਂ ਨੂੰ ਜ਼ਰੂਰ ਦੇਖਿਓ ਜੀ ਜਿਉਂ ਇਹਦੀਆਂ ਦੋ ਕਿਸਮਾਂ ਖਜੂਰ ਤਰਬੂਜ ਮਟਰ ਸਰੋਂ ਤੇਲ ਕਪਾ ਇਹ ਸਾਰੀਆਂ ਜਿਹੜੀਆਂ ਹੈਗੀਆਂ ਫਸਲਾਂ ਸਾਨੂੰ ਦੇਖਣ ਨੂੰ ਮਿਲਦੀਆਂ ਬ੍ਰੈਸਕੈਰਲੋਨੀਆ ਦਾ ਇੱਕ ਦੀ ਇੱਕ ਕਿਸਮ ਵੀ ਪਾਈ ਗਈ ਹੈ ਲੋਥਲ ਰੰਗਪੁਰ ਹੜੱਪਾ ਤੇ ਕਾਲੀ ਮੰਗਾ ਤੋਂ ਚੌਲਾਂ ਦੇ ਸਬੂਤ ਮਿਲੇ ਆ ਜੀ ਜਦੋਂ ਕਿ ਲੋਥਲ ਹੜੱप्पा ਸਪੋਰਟ ਦਾ ਤੇ ਸੌਰਤੂਈ ਤੋਂ ਜਿਹੜਾ ਹੈਗਾ ਬਾਜਰਾ ਹੋਣ ਦੇ ਸਬੂਤ ਮਿਲੇ ਵੀ ਬਾਜਰੇ ਦੀ ਖੇਤੀ ਵੀ ਇੱਥੇ ਹੁੰਦੀ ਸੀ ਮੇਰਗੜ ਤੋਂ ਕਣਕ ਜੌਂ ਅਤੇ ਕਪਾਹ ਦੀ ਕਾਸ਼ਤ ਦਾ ਗਿਆਨ ਪ੍ਰਾਪਤ ਕੀਤਾ ਗਿਆ ਹੜੱप्पा ਸਭਿਆਤਾ ਦੇ ਲੋਕਾਂ ਦਾ ਮੁੱਖ ਜਿਹੜਾ ਅਨਾਜ ਸੀਗਾ ਉਹ ਕਣਕ ਅਤੇ ਜੌਂ ਸੀ ਜਿਹਨੂੰ ਯਾਬ ਵੀ ਲਿਖਿਆ ਹੋਇਆ ਠੀਕ ਹੈ ਜੀ ਤੇ ਕਣਕ ਅਤੇ ਜੌਂ ਦਾ ਫੈਲਾਅ ਜਿਹੜਾ ਹੈਗਾ ਪੱਛਮੀ ਏਸ਼ੀਆ ਤੋਂ ਮੰਨਿਆ ਜਾਂਦਾ ਹੈ ਸਿੰਧੂ ਸਭਿਅਤਾ ਜਾਂ ਹੜੱਪਾ ਸਭਿਅਤਾ ਦੇ ਲੋਕ ਰਾਗੀ ਅਤੇ ਗੰਨੇ ਤੋਂ ਅਣਜਾਣ ਸੀਗੇ ਠੀਕ ਹੈ ਜੀ ਇਹਨਾਂ ਫਸਲਾਂ ਤੋਂ ਅਣਜਾਣ ਸੀਗੇ ਲੋਥਲ ਤੋਂ ਚਾਵਲ ਅਤੇ ਬਾਜਰੇ ਦੇ ਦਾਣੇ ਬਣਾਵਲੀ ਤੋਂ जौ ਅਤੇ ਤਿਲ ਸਰੋਂ ਅਤੇ ਹੜੱਪਾ ਤੋਂ ਕਣਕ ਅਤੇ जौ ਦੇ ਦਾਣੇ ਸਾਨੂੰ ਮਿਲੇ ਆ ਜਾਂ ਲੋਕਿ ਪ੍ਰਾਪਤ ਹੋਏ ਆ ਕਪਾਹ ਗਾਉਣ ਦਾ ਸਿਹਰਾ ਸਭ ਤੋਂ ਪਹਿਲਾਂ ਸਿੰਧੂ ਸਭਿਅਤਾ ਦੇ ਲੋਕਾਂ ਨੂੰ ਜਾਂਦਾ ਹੈ ਤੇ ਕਪਾਹ ਨੂੰ ਜਨਾਨੀ ਹੈ ਜਿਹੜੇ ਉਹ ਸਿੰਡਣ ਕਹਿ ਕੇ ਬੁਲਾਉਂਦੇ ਸੀਗੇ ਜੋ ਕਿ ਸੰਤੋਪਜਾ ਸੀ ਠੀਕ ਹੈ ਜੀ ਸਿੰਧ ਦਾ ਇਲਾਕਾ ਹੋਣ ਕਰਕੇ ਇਹਨੂੰ ਸਿੰਡਣ ਕਿਹਾ ਜਾਂਦਾ ਸੀ ਕਪਾਹ ਨੂੰ ਠੀਕ ਹੈ ਜੀ ਧਿਆਨ ਦੇ ਵਿੱਚ ਰੱਖਣਾ ਕਪਾਹ ਦਾ ਦੂਜਾ ਨਾਮ ਗੁਜਰਾਤ ਦੇ ਵਿੱਚ ਨਾਗਵਾੜਾ ਨਾਮਕ ਸਥਾਨ ਤੇ ਹੜੱਪਾ ਤੋਂ ਪਹਿਲਾਂ ਦੇ ਕਿਸਾਨ ਜਿਹੜੇ ਹੈਗੇ ਆ ਉਹ ਰਹਿੰਦੇ ਸੀ ਹਾਂ ਜੀ ਅੱਗੇ ਆਜੋ ਪਸ਼ੂ ਪਾਲਣ ਦੇ ਵਿੱਚ ਆਜੋ ਜੀ ਪਸ਼ੂ ਪਾਲਣ ਜਿਹੜਾ ਹੈਗਾ ਹੜੱਪਾ ਸਭਿਅਤਾ ਦੇ ਲੋਕ ਬਲਦ ਗਾਵਾਂ ਭੇਡਾਂ ਬੱਕਰੀਆਂ ਸੂਰ ਆਦਿ ਪਾਲਦੇ ਸੀਗੇ ਗੁਜਰਾਤ ਦਾ ਨੇਸਤੀ ਸ਼ਹਿਰ ਹੈ ਜਿਹੜਾ ਪਸ਼ੂ ਪਾਲਕਾਂ ਦਾ ਕੇਂਦਰ ਸੀਗਾ ਜੀ ਮੋਰਾਂ ਤੇ ਗਾਂ ਊਠ ਘੋੜੇ ਦੇ ਨਿਸ਼ਾਨਦੇ ਹੀ ਨਹੀਂ ਪਾਈ ਗਈ ਗਾਂ ਦੀ ਸ਼ਕਲ ਵਾਲੀ ਕੋਈ ਮੂਰਤੀ ਸਾਨੂੰ ਨਹੀਂ ਮਿਲਦੀ ਜੀ ਖੜੱਪਾ ਸੰਸਕ੍ਰਿਤੀ ਦੇ ਵਿੱਚ ਹੰਪੜ ਬਲਦ ਦੀ ਵਿਸ਼ੇਸ਼ ਮਹੱਤਤਾ ਸੀਗੀ ਠੀਕ ਹੈ ਉਹਨੂੰ ਜ਼ਮੀਨ ਦੇ ਨਾਲ ਜਿਹੜਾ ਹੈਗਾ ਖੋਦਿਆ ਜਾਂਦਾ ਸੀਗਾ ਉਹਦੇ ਨਾਲ ਜ਼ਮੀਨ ਨੂੰ ਇਸ ਕਰਕੇ ਉਹਦੀ ਵਿਸ਼ੇਸ਼ ਮਹੱਤਤਾ ਸੀਗੀ ਬਹੁਤ ਇੱਕ ਮਿਹਨਤੀ ਤੇ ਮਤਲਬ ਜਿਹੜਾ ਹੈਗਾ ਪਾਲਤੂ ਪਸ਼ੂ ਸੀਗਾ ਬਲਦ ਘੋੜੇ ਦਾ ਪਿੰਜਰ ਸਿਰਫ ਰਿਕੋਟ ਦਾ ਰਿਕੋਟ ਦਾ ਗੁਜਰਾਤ ਦੀ ਸਾਈਟ ਤੋਂ ਮਿਲਿਆ ਗੁਜਰਾਤ ਦੀ ਮਤਲਬ ਜਿਹੜੀ ਖੋਦਾਈ ਹੋਈ ਹੈ ਉਹ ਸਰ ਕੋਟ ਦਾ ਉਥੋਂ ਘੋੜੇ ਦਾ ਪਿੰਜਰ ਮਿਲਿਆ ਸਾਨੂੰ ਇਸ ਲਈ ਇਹ ਸਿੱਟਾ ਕੱਢਿਆ ਜਾਂਦਾ ਹੈ ਕਿ ਸਿੰਧੂ ਸਭਿਅਤਾ ਦੇ ਲੋਕ ਸ਼ਾਇਦ ਘੋੜੇ ਤੋਂ ਅਣਜਾਣ ਸੀਗੇ ਠੀਕ ਹੈ ਜੀ ਸ਼ਾਇਦ ਉਹਦੀ ਉਨੀ ਮਹੱਤਤਾ ਤੋਂ ਨਹੀਂ ਸਮਝਦੇ ਸੀ ਕਿ ਕਿੰਨਾ ਤਕੜਾ ਇੱਕ ਦੜਾਕ ਹੈ ਕਿੰਨਾ ਤਕੜਾ ਮਤਲਬ ਉਹ ਕਿੰਨਾ ਹੈਲਪਫੁਲ ਹੋ ਸਕਦਾ ਉਹਨਾਂ ਦੇ ਲਈ ਇਸ ਮਹੱਤਤਾ ਤੋਂ ਅਣਜਾਣ ਸੀ ਪਰ ਵਿਸ਼ੇਸ਼ ਸਾਨੂੰ ਘੋੜੇ ਦੇ ਜਿਹੜੇ ਹੈਗੇ ਉਹ ਮਿਲੇ ਐ ਇਥੋਂ ਤੱਕ ਸ਼ੇਰ ਦੇ ਅਵਸ਼ੇਸ਼ ਆ ਜਿਹੜੇ ਉਹ ਵੀ ਨਹੀਂ ਮਿਲੇ ਮਹੰਜੋਦੜੋ ਦੀ ਉੱਪਰਲੀ ਸਤ੍ਹਾ ਤੇ ਲੋਥਲ ਤੋਂ ਇੱਕ ਘੋੜੇ ਦੀ ਟੈਰਾਕੋਟਾ ਮੂਰਤੀ ਵੀ ਮਿਲੀ ਹੈ ਜੀ بلوچستان ਦੇ ਵਿੱਚ ਰਾਣਾ ਗੁੰਡਈ ਦੇ ਨੀਵੇਂ ਪੱਧਰ ਤੋਂ ਘੋੜਿਆਂ ਦੇ ਦੰਦ ਮਿਲੇ ਆ ਜੋ ਹੜੱਪਾ ਸਭਿਅਤਾ ਤੋਂ ਕੁਝ ਸਦੀਆਂ ਪਹਿਲਾਂ ਦੇ ਪਾਏ ਗਏ। ਗੁਜਰਾਤ ਦੇ ਵਾਸੀ ਹਾਥੀਆਂ ਨੂੰ ਪਾਲਦੇ ਸੀਗੇ। ਸੋ ਇਹ ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਕੁਝ ਕੋਈ ਵੀ ਕੁਐਸਚਨ ਆ ਸਕਦਾ ਹੈ। ਕਲਾਸ ਦੇ ਐਂਡ ਤੱਕ ਬਣੇ ਰਹੋ ਪੂਰੀ ਫੁੱਲ ਜਾਣਕਾਰੀ ਦੇਵਾਂਗੇ ਤੁਹਾਨੂੰ ਹੋਰ ਕੋਈ ਕਿਤਾਬ ਪੜ੍ਹਨ ਦੀ ਜ਼ਰੂਰਤ ਨਹੀਂ ਪਊਗੀ। ਇਸ ਤਰ੍ਹਾਂ ਦੀ ਤਿਆਰ ਕੀਤਾ ਹੋਇਆ ਸਟੱਡੀ ਮਟੀਰੀਅਲ ਹੈ ਜੀ। ਸੋ ਜੀ ਕਈ ਸਾਥੀ ਸਾਨੂੰ ਮੈਸੇਜ ਕਰ ਰਹੇ ਆ ਕਿ ਅਸੀਂ ਕੱਲ ਮਤਲਬ ਜੋ ਨੋਟਸ ਆ ਬਾਈ ਕਰਦੇ ਆ ਉਹ ਤੁਹਾਨੂੰ ਹਾਰਡ ਕਾਪੀ ਮਿਲੂਗੀ ਜੀ ਜਾਣਕਾਰੀ ਦੇ ਲਈ ਵਟਸਐਪ ਕਰ ਸਕਦੇ ਹੋ ਤੁਸੀਂ ਸਾਨੂੰ ਹਾਂ ਜੀ ਅੱਗੇ ਆਜੋ ਜੀ ਸ਼ਿਲਪਕਾਰੀ ਅਤੇ ਤਾਤਾਂ ਖੜੱਪਾ ਸਭਿਅਤਾ ਕਾਂਸੀ ਯੁੱਗ ਦੀ ਸਭਿਅਤਾ ਸੀ ਇੱਥੋਂ ਦੇ ਲੋਕ ਤਾਂਬੇ ਦੇ ਟੀਨ ਮਿਲਾ ਕੇ ਪਿੱਤਲ ਤਿਆਰ ਕਰਦੇ ਸੀ ਠੀਕ ਹੈ ਜੀ ਤਾਂਬੇ ਤੋਂ ਤੇ ਟੀਨ ਤੋਂ ਮਿਲਾ ਕੇ ਪਿੱਤਲ ਤਿਆਰ ਹੁੰਦੀ ਸੀ ਕਈ ਵਾਰੀ ਤਾਤਾਂ ਦਾ ਵੀ ਕੁਐਸਚਨ ਪੁੱਛ ਲੈਂਦੇ ਆ ਤੋ ਜਿਸ ਕਿਸੇ ਵੀ ਸਾਥੀ ਨੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਲਾਸ ਨੂੰ ਲਾਈਵ ਜ਼ਰੂਰ ਕਰੋ ਹੋਰ ਸਾਥੀਆਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰੋ ਆਪਣੀ 5 ਵਜੇ ਕਲਾਸ ਹੁੰਦੀ ਹੈ ਜੀ ਮੰਡੇ ਤੋਂ ਫਰਾਈਡੇ ਤੇ ਜੇਕਰ ਨਹੀਂ ਹੁੰਦੀ ਤਾਂ ਉਹਦੀ ਇਨਫੋਰਮੇਸ਼ਨ ਤੁਹਾਨੂੰ ਟੈਲੀਗ੍ਰਾਮ ਤੇ ਦਿੱਤੀ ਜਾਂਦੀ ਹੈ ਟੈਲੀਗ੍ਰਾਮ ਲਿੰਕ ਤੇ ਜੁਆਇਨ ਕਰ ਲਓ ਜੀ ਤਾਂਬੇ ਅਤੇ ਟੀਨ ਦਾ ਅਨੁਪਾਤ 9:1 ਇੱਕ ਸੀਜੀ ਕਾਂਸੀ ਦੇ ਸੰਧ ਬਹੁਤਾਤ ਦੇ ਵਿੱਚ ਮਿਲਦੇ ਹੜੱਪਾ ਕਾਲ ਦੇ ਵਿੱਚ কুমਹਾਰ ਦੇ ਪਹੀਏ ਉੱਤੇ ਮਿੱਟੀ ਦੇ ਬਰਤਨ ਬਣਾਏ ਜਾਂਦੇ ਸੀਗੇ ਠੀਕ ਹੈ ਜੀ ਜਿਹੜਾ কুমਾਰ ਸੀਗਾ ਉਹ ਆਪਣੇ ਪਈਏ ਦੇ ਉੱਪਰ ਮਿੱਟੀ ਦੇ ਬਰਤਨ ਬਣਾਉਂਦਾ ਸੀ কুমਾਰ ਦਾ ਪਈਆ ਨਹੀਂ ਜਿਹੜਾ কুমਾਰ ਸੀ ਉਹ ਪਈਏ ਦੇ ਉੱਪਰ ਮਿੱਟੀ ਦੇ ਬਰਤਨ ਬਣਾਉਂਦਾ ਸੀ ਮੋਸਟਲੀ ਪਿੰਡਾਂ ਦੇ ਵਿੱਚ ਹੁਣ ਵੀ ਇਹ ਜਿਹੜੀ ਪ੍ਰਥਾ ਹੈ ਪ੍ਰਚਲਿਤ ਹੈ ਹੜੱਪਾ ਸਭਿਆਤਾ ਦੇ ਮਿੱਟੀ ਦੇ ਭਾਂਡੇ ਲਾਲ ਅਤੇ ਕਾਲੇ ਰੰਗ ਦੇ ਹੁੰਦੇ ਸੀ ਇਹਨੂੰ ਪੇਂਟਡ ਗਰੇਵੇਅਰ ਵੀ ਕਹਿੰਦੇ ਸੀਗੇ ਠੀਕ ਹੈ ਜੀ ਪੇਂਟਡ ਗਰੇਵੇਅਰ ਪੀ ਜੀ ਡਬਲਯੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਸੀ ਇਹਨੂੰ ਪੇਂਟਡ ਗਰੇਵੇਅਰ ਮਹਜੋਦੜੋ ਇਹਨਾਂ ਨੂੰ ਪੌਸ਼ ਕਰ ਦਿੱਤਾ ਜਾਂਦਾ ਸੀ ਲਾਲ ਤੇ ਕਾਲੇ ਰੰਗ ਦਾ ਖੜੱਪਾ ਸਭਿਆਤਾ ਦੇ ਲੋਕ ਲੋਹੇ ਤੋਂ ਜਾਣੂ ਨਹੀਂ ਸਨ ਜੀ ਉਹ ਤਲਵਾਰ ਤੋਂ ਜਾਣੂ ਨਹੀਂ ਸੀਗੇ ਜੀ ਮਹਜੋਦੜੋ ਦੇ ਵਰਤਨਾ ਬਾਰੇ ਕੋਈ ਲੇਖ ਨਹੀਂ ਹੈ ਪਰ ਹੜੱਪਾ ਦੇ ਵਰਤਨਾ ਬਾਰੇ ਲੇਖ ਵੀ ਉਪਲਬਧ ਹੈ ਸਭ ਤੋਂ ਮਹੱਤਵਪੂਰਨ ਉਦਯੋਗ ਜਿਹੜਾ ਹੈਗਾ ਉਹ ਕੱਪੜਾ ਦਾ ਉਦਯੋਗ ਸੀਗਾ ਸਿੱਪੀ ਅਤੇ ਮੋਤੀਏ ਉਦਯੋਗ ਲੋਥਲ ਬਾਲਾਕੋਟ ਦੇ ਵਿੱਚ ਸਥਿਤ ਸੀਗੇ ਮਣਕੇ ਬਣਾਉਣ ਦੇ ਕਾਰਖਾਨੇ ਜਿਹੜੇ ਹੈਗੇ ਲੋਥਲ ਬਨਾਵਲੀ ਭਾਗਸਰਾ ਤੇ ਚਨਹੂਦੜੋ ਤੇ ਚਨਹੂਦੜੋ ਆਊਗਾ ਵੀ ਵਿਚ ਸਥਿਤ ਸਨ। ਸ਼ਿਲਪਕਾਰੀ ਦਾ ਕੇਂਦਰ ਜਿਹੜਾ ਬਾਲਾ ਕੋਟ ਤੇ ਨਾਗੇਸ਼ਵਰ ਗੁਜਰਾਤ ਦੇ ਵਿੱਚ ਸਥਿਤ ਸੀਗਾ। ਚਨਹੋਦੜੋ ਤੇ ਮਹੰਜੋਦੜੋ ਵਿਖੇ ਕਾਰਨੀਲੀਅਨ ਮੋਤੀਆਂ ਦੀ ਫੈਕਟਰੀ ਪਾਈ ਗਈ ਹੈ। ਠੀਕ ਹੈ ਜੀ ਸਿੱਧਾ ਹੀ ਪੁੱਛ ਲੈਂਦੇ ਹਾਂ ਕਾਰਨੀਲੀਅਨ ਮੋਤੀਆਂ ਦੀ ਫੈਕਟਰੀ ਕਿੱਥੇ ਪਾਈ ਗਈ ਹੈ? ਚਨਹੋਦੜੋ ਤੇ ਦੂਜੀ ਮਹੰਜੋਦੜੋ ਦੇ ਵਿੱਚ। ਅੱਗੇ ਆ ਜੋ ਵੀ। ਹਾਂ ਜੀ ਸੌਰੀ। ਵਪਾਰ ਵਪਾਰਾ ਜਿਹੜਾ ਹੜੱਪਾ ਸਭਿਅਤਾ ਦਾ ਮੁੱਖ ਤੌਰ ਤੇ ਵਪਾਰ ਨਾਲ ਰਿਲੇਟਡ ਸੀਗਾ ਇਹ ਸਭਿਅਤਾ ਪੂਰੀ ਵਪਾਰ ਤੇ ਮਤਲਬ ਇਹਦੀ ਇਕਨੋਮੀ ਹੈ ਜਿਹੜੀ ਹੜੱਪਾ ਦੀ ਸ਼ਹਿਰ ਦੀ ਮੇਨ ਵਪਾਰ ਤੇ ਖੜੀ ਸੀ ਇਹਦੀ ਖੁਸ਼ਹਾਲੀ ਵੀ ਇਹ ਵਪਾਰ ਕਰਕੇ ਹੀ ਸੀਗੀ ਵਪਾਰ ਵਸਤੂ ਵਪਾਰ ਨਾਲ ਹੀ ਕੀਤਾ ਜਾਂਦਾ ਸੀ ਠੀਕ ਹੈ ਜੀ ਵਸਤੂ ਵਪਾਰ ਦਾ ਮਤਲਬ ਕੀ ਹੈ ਇੱਕ ਵਸਤੂ ਦੇਤੀ ਤੇ ਉਹਦੇ ਬਦਲੇ ਇੱਕ ਵਸਤੂ ਹੈ ਜਿਹੜੀ ਉਹ ਲੈ ਲਈ ਠੀਕ ਹੈ ਵਸਤੂ ਬਟਾਂਦਰਾ ਪ੍ਰਣਾਲੀ ਟੈਟੂ ਦੇ ਸਿੱਕਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। ਸੁਮੇਰੀਅਨ ਸੱਭਿਆਤਾ ਤੇ ਸਿੰਧੂ ਸੱਭਿਆਤਾ ਦੇ ਮਿਸਰ ਦੀ ਸੱਭਿਆਤਾ ਦੇ ਨਾਲ ਵਪਾਰ ਦੇ ਸਬੰਧ ਹੈ ਜਿਹੜੇ ਉਹ ਦੇਖੇ ਗਏ ਆ ਜਾਂ ਪਾਏ ਜਾਂਦੇ ਆ। ਸੁਮੇਰੀਅਨ ਸ਼ਿਲਾ ਲੇਖਾਂ ਤੋਂ ਇਹ ਜਾਣਿਆ ਜਾਂਦਾ ਹੈ ਕਿ ਸੁਮੇਰੀਆ ਦੇ ਵਪਾਰੀ ਮਹਿਲੂਆ ਦੇ ਵਪਾਰੀਆਂ ਦੇ ਨਾਲ ਸੌਦੇਬਾਜ਼ੀ ਕਰਦੇ ਸੀ। ਮਹਿਲੂਆ ਨੂੰ ਸਿੰਧੂ ਖੇਤਰ ਨਾਲ ਬਰਾਬਰ ਕੀਤਾ ਗਿਆ ਹੈ। ਹੁਣ ਦੇਖੋ ਮਹਿਲੂਆ ਸ਼ਬਦ ਕਿਹਦੇ ਲਈ ਵਰਤਿਆ ਤਾਂ ਉਹ ਵਰਤਿਆ ਸਿੰਧੂ ਸੱਭਿਆਤਾ ਦੇ ਲੋਕਾਂ ਦੇ ਲਈ ਤੇ ਮਹਿਲੂਆ ਸ਼ਬਦ ਵਰਤਿਆ ਕਿਨੇ ਆ ਸੁਮੇਰੀਅਨ ਨੇ ਤੇ ਇਹ ਸ਼ਬਦ ਪਾਇਆ ਕਿੱਥੇ ਜਾਂਦਾ ਹੈ? ਇਸ ਸੁਮੇਰੀਅਨ ਦੇ ਸਭਿਆਤਾ ਦੇ ਸ਼ਿਲਾ ਲੇਖਾਂ ਦੇ ਵਿੱਚ ਇਹ ਕੁਐਸਚਨ ਆਪਾਂ ਕੀਤੇ ਆ ਪੂਰੀ ਡਿਟੇਲ ਦੇ ਨਾਲ ਕੁਐਸਚਨਾਂ ਵਾਲੀਆਂ ਜਿਹੜੀਆਂ ਆਪਾਂ ਫ੍ਰੀ ਕਰ ਰਹੇ ਆ ਕਲਾਸਾਂ ਉਹਨਾਂ ਨੂੰ ਵੀ ਜ਼ਰੂਰ ਦੇਖਿਆ ਕਰੋ ਮਹਿੰਜਦਾਰੋ ਦੇ ਮੋਰ ਤੋਂ ਸੁਮੇਰੀਅਨ ਕਿਸਮ ਦੀ ਕਿਸ਼ਤੀ ਦੀ ਤਸਵੀਰ ਉੱਕਰੀ ਹੋਈ ਹੈ ਸੋ ਇਹ ਆਪਣੀ ਤੀਜੀ ਤੇ ਆਖਰੀ ਡੈਮੋ ਕਲਾਸ ਆ ਜੀ ਹਿਸਟਰੀ ਦੀ ਉਸ ਤੋਂ ਬਾਅਦ ਤੁਹਾਨੂੰ ਜਿਹੜਾ ਹੈਗਾ ਟਿਊਜ਼ਡੇ ਤੋਂ ਯਾਨੀ ਕਿ ਮੰਗਲਵਾਰ ਤੋਂ ਜਿਹੜੀ ਕਿ ਉਹ ਫ੍ਰੀ ਵਾਲੀ ਕਲਾਸ ਆ ਜਿਹੜੀ ਉਹ ਫਿਰ ਦੇਖਣ ਨੂੰ ਮਿਲਿਆ ਕਰੂਗੀ ਉਸ ਕਲਾਸ ਨੂੰ ਜ਼ਰੂਰ ਜੁਆਇਨ ਕਰਿਆ ਕਰੋ 5 ਵਜੇ ਆਪਣੀ ਕਲਾਸ ਹੁੰਦੀ ਹੈ ਉਹਨੂੰ ਜੁ ਕਦੇ ਵੀ ਮਿਸ ਨਾ ਕਰਨਾ ਕਾਫੀ ਚੀਜ਼ਾਂ ਤੁਹਾਡੀਆਂ ਉਹ ਕਲਾਸ ਕਲੀਅਰ ਕਰਦੀ ਹੈ ਲੋਥਲ ਤੋਂ ਫਾਰਸੀ ਮੋਹਰਾਂ ਤੇ ਕਾਲੇ ਬੰਗਾਂ ਤੋਂ ਸਿਲੰਡਰ ਦੀਆਂ ਮੋਹਰਾਂ ਦੀ ਜਿਹੜੀ ਹੈਗੀ ਹੈ ਸਿੰਧੂ ਸਭਿਅਤਾ ਦੇ ਵਿਦੇਸ਼ੀ ਵਪਾਰ ਨੂੰ ਦਰਸਾਉਂਦੀਆਂ ਬਹਿਰੀਨ ਟਾਪੂ ਦੇ ਵਪਾਰੇ ਦਿਲਮਨ ਦਾ ਇਲਾਕਾ ਜਿਹੜਾ ਜੀ ਵਿਦੇਸ਼ੀ ਵਪਾਰ ਦੇ ਵਿੱਚ ਵਿਚੋਲੇ ਦਾ ਕੰਮ ਕਰਦੇ ਸੀ ਬਹਿਰੀਨ ਦੇਸ਼ ਹੈ ਜਿਹੜਾ ਠੀਕ ਹੈ ਉਹਦੇ ਵਿੱਚ ਇਲਾਕਾ ਹੈ ਦਿਲਮਨ ਦਾ ਉੱਥੋਂ ਦੇ ਜਿਹੜੇ ਵਿਦੇਸ਼ੀ ਵਪਾਰੀ ਆ ਉਹ ਵਿਚੋਲੇ ਦਾ ਕੰਮ ਕਰਦੇ ਸੀ ਸੰਦਲਮਨ ਅਤੇ ਸੁਮੇਰੀਅਨ ਸ਼ਿਲਾ ਲੇਖ ਚੜਦੇ ਸੂਰਜ ਸਾਫ ਸ਼ਹਿਰ ਅਤੇ ਹਾਥੀਆਂ ਦਾ ਦੇਸ਼ ਹੈ ਜਿਹੜਾ ਉਹ ਕਹਿੰਦੇ ਸੀਗੇ ਇਹਨੂੰ ਅਫਗਾਨਿਸਤਾਨ ਅਤੇ ਰਾਨ ਨਾਲ ਜ਼ਮੀਨੀ ਵਪਾਰ ਅਤੇ ਜਲ ਵਪਾਰ ਦੇ ਵਿੱਚ ਮਕਰਾਨ ਤੱਟ ਦੇ ਸ਼ਹਿਰਾਂ ਦੀ ਮਹੱਤਵਪੂਰਨ ਭੂਮਿਕਾ ਸੀ ਅਰਬ ਸਾਗਰ ਦੇ ਤੱਟ ਨੂੰ ਸਤਕੰਦ ਦੇ ਦੌਰ ਬਾਲਾ ਕੋਟ ਅਲਾਦੀਨੋ ਤੇ ਲੋਥਲ ਸਰਕੋਟ ਦਾ ਸਿੰਧ ਯੁੱਗ ਦੀਆਂ ਬੰਦਰਗਾਹਾਂ ਸੀ ਹੁਣ ਦੇਖੋ ਵੀ ਇੱਕ ਆਪਾਂ ਬੰਦਰਗਾਹ ਲੋਥਲ ਸੀਗੀ ਇਹ ਤਾਂ ਜਾਣਦੇ ਹੀ ਆ ਠੀਕ ਹੈ ਸੁਤਕਾਗ ਦੋਹਰਾ ਜਿਹੜਾ ਇਹ ਵੀ ਜਾਣਦੇ ਆ ਤੇ ਇਹਦੇ ਨਾਲ ਹੋਰ ਕਿਹੜੀ ਸੀ ਤੀਜੀ ਬਾਲਾ ਕੋਟ ਚੌਥੀ ਕਿਹੜੀ ਸੀ ਅਲਾਦੀਨੋ ਤੇ ਸਰਕੋਟ ਦਾ ਠੀਕ ਹੈ ਜੀ ਸਿੰਧ ਇਹ ਯੁੱਗ ਦੀਆਂ ਸੱਭਿਆਤਾਵਾਂ ਸੀਗੀਆਂ ਇਹਨਾਂ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣਾ ਜੀ ਇਹ ਬੰਦਰਗਾਹਾਂ ਜਿਹੜੀਆਂ ਹੈਗੀਆਂ ਇੰਪੋਰਟੈਂਟ ਨੇ ਇਸ ਟਾਈਮ ਤੇ ਅੱਗੇ ਆ ਜੋ ਵੀ ਸਿੰਧੂ ਸੱਭਿਆਤਾ ਦੀਆਂ ਮੋਹਰਾਂ ਮੈਸੋਪੋਟਾਮੀਆ ਦੇ ਸੂਸਾ ਔਰ ਨੈਪਰੋ ਕੀਸ਼ ਉਮਾ ਆਦ ਸ਼ਹਿਰਾਂ ਤੋਂ ਮਿਲੀਆਂ ਗਈਆਂ ਧਿਆਨ ਦੇ ਵਿੱਚ ਰੱਖਣਾ ਸਿੰਧੂ ਸਭਿਅਤਾ ਦੀਆਂ ਮੋਹਰਾਂ ਮੈਸੋਪੋਟਾਮੀਆ ਸਭਿਅਤਾ ਦੇ ਕਿਹੜੇ ਕਿਹੜੇ ਸ਼ਹਿਰਾਂ ਤੋਂ ਮਿਲੀਆਂ ਸੂਸਾ ਔਰ ਨਿਪਪੁਰ ਕੀਸ਼ ਤੇ ਉਮਾ ਤੇਲ ਅਸਮਾਰ ਮੈਸੋਪੋਟਾਮੀਆ ਤੋਂ ਵੀ ਸਿੰਧੂ ਸਭਿਅਤਾ ਦੀਆਂ ਵਸਤਾਂ ਜਿਹੜੀਆਂ ਹੈਗੀਆਂ ਉਹ ਮਿਲੀਆਂ ਸਿੰਧੂ ਸਭਿਅਤਾ ਅਤੇ ਮੈਸੋਪੋਟਾਮੀਆ ਸਭਿਅਤਾਵਾਂ ਵਿੱਚ ਮਾਂ ਸ਼ਕਤੀ ਦੀ ਭੂਮਿਕਾ ਹੈ ਭਾਵੇਂ ਬੈਲ ਬੱਤ ਅਤੇ ਪੱਥਰ ਇਕੱਠੇ ਪਵਿੱਤਰ ਮੰਨੇ ਜਾਂਦੇ ਸੀ ਦੋਨਾਂ ਨਸਬਤ ਮਾਂ ਮਾਂ ਦੇ ਵਿੱਚ ਸਮਾਨਤਾ ਕੀ ਹੈ ਕਿ ਇੱਕ ਤਾਂ ਇਹ ਮਾਂ ਸ਼ਕਤੀ ਠੀਕ ਹੈ ਦੇਵੀ ਮਾਂ ਨੂੰ ਮਤਲਬ ਸ਼ਕਤੀ ਮੰਨਦੇ ਸੀ ਬੈਲ ਵੱਤਕ ਤੇ ਪੱਥਰ ਇਹਨਾਂ ਤਿੰਨਾਂ ਨੂੰ ਜਿਹੜਾ ਹੈਗਾ ਪਵਿੱਤਰ ਮੰਨਦੇ ਸੀ ਇਕੱਠੇ ਮਤਲਬ ਇਹ ਸਮਾਨਤਾ ਪਾਈ ਜਾਂਦੀ ਹੈ ਮੈਸੋਪੋਟਾਮੀਆ ਜਾਂ ਕਿ ਲੋਕ ਸੁਮੇਰੀਆ ਦੇ ਰਿਕਾਰਡ ਦੇ ਵਿੱਚ ਮਲੂਆ ਸਿੰਧ ਪ੍ਰਦੇਸ਼ ਵਪਾਰ ਦੇ ਦੋ ਕੇਂਦਰਾਂ ਦਾ ਜ਼ਿਕਰ ਆਉਂਦਾ ਹੈ ਮਲੂਆ ਸ਼ਬਦ ਕਿਹਨੂੰ ਵਰਕੀ ਦੇ ਲਈ ਵਰਤਿਆ ਗਿਆ ਸਿੰਧ ਦੇ ਲਈ ਦਲਾਨ ਬਹਿਰੀਨ ਠੀਕ ਹੈ ਜੀ ਇਹਨੂੰ ਦਿਲਮਨ ਵੀ ਕਹਿੰਦੇ ਆ ਦਲਾਨ ਵੀ ਕਹਿੰਦੇ ਆ ਤੇ ਦਿਲਹਨ ਵੀ ਕਹਿੰਦੇ ਆ ਠੀਕ ਹੈ ਤਾਂ ਇਹ ਦਲਾਨ ਜਿਹੜਾ ਬਹਿਰੀਨ ਦਾ ਇਲਾਕਾ ਹੈ ਇਹਦੇ ਵਿੱਚ ਇਹਦੇ ਨਾਲ ਰਿਲੇਟਡ ਕੁਐਸਚਨ ਆਉਂਦੇ ਹੁੰਦੇ ਆ ਤੇ ਇਹਨਾਂ ਧਿਆਨ ਦੇ ਵਿੱਚ ਰੱਖੋ ਜੀ ਜਿਹੜਾ ਹੈਗਾ ਮਾਤਨ ਇਸ ਨੂੰ ਓਮਾਨ ਨਾਲ ਬਰਾਬਰ ਕੀਤਾ ਜਾ ਸਕਦਾ ਹੈ ਓਮਾਨ ਸ਼ਹਿਰ ਦੇ ਨਾਲ ਮਿਲਾਹਾ ਜਾਂ ਮਲਾਹਾ ਦਾ ਦੇਸ਼ ਅਤੇ ਕਾਲੇ ਵਿਦੇਸ਼ੀਆਂ ਦਾ ਦੇਸ਼ ਵੀ ਇਹਨੂੰ ਕਿਹਾ ਗਿਆ ਔਰ ਮੈਸੋਪੋਟਾਮੀਆ ਦੇ ਵਿੱਚ ਪ੍ਰਵੇਸ਼ ਦਾ ਮੁੱਖ ਬੰਦਰਗਾਹ ਸੀਗਾ ਇਹ ਜੀ ਮਿਸਰ ਦੇ ਨਾਲ ਵਪਾਰ ਮੁੱਖ ਤੌਰ ਤੇ ਲੋਥਲ ਤੋਂ ਹੁੰਦਾ ਸੀਗਾ ਹੜੱਪਾ ਕਾ ਦੌਰ ਨੂੰ ਹੜੱਪਾ ਵਪਾਰ ਦਾ ਚਰਾਹਾ ਕਿਹਾ ਜਾਂਦਾ ਸੀਗਾ ਠੀਕ ਹੈ ਜੀ ਤੇ ਜ਼ਿਆਦਾਤਰ ਧਰਮ ਤਾਤਾਂ ਦੇ ਵਿੱਚ ਕੀਮਤੀ ਪੱਥਰ ਸੀਗੇ ਜਿੰਨਾ ਪੁਆਇੰਟਾਂ ਨੂੰ ਧਿਆਨ ਚ ਰੱਖੋ ਮਾਪ ਤੇ ਚਲਦੇ ਆ ਜੀ ਮਾਪ ਦੇ ਵਿੱਚ ਕੀ ਹੈ ਜੀ ਹੜੱਪਾ ਸਭਿਅਤਾ ਵਿੱਚ ਮਿਆਰੀ ਮਾਪ ਪ੍ਰਚਲਿਤ ਸੀਗਾ ਭਾਰ ਦੀ ਇਕਾਈ 16 ਦੇ ਅਨੁਪਾਤ ਵਿੱਚ ਸੀ ਠੀਕ ਹੈ ਜੀ ਜਿਵੇਂ ਕਿ 16 ਫਿਰ 64 ਠੀਕ ਹੈ ਫਿਰ 160 ਫਿਰ 320 640 ਐਵੇਂ ਹੀ ਗਿਣਤੀ ਵੱਧਦੀ ਜਾਂਦੀ ਸੀ ਇਨਾਂ ਦਾ ਵਜਨ ਹੈ ਜਿਹੜਾ ਦੁਸ਼ਮਾਲਾ ਪ੍ਰਣਾਲੀ ਦੇ ਆਧਾਰ ਤੇ ਕੀਤਾ ਜਾਂਦਾ ਸੀ ਮਹੰਜੋਦੜੋ ਤੋਂ ਖੋਲ ਦਾ ਬਣਿਆ ਪੈਮਾਨਾ ਲੋਥਲ ਤੋਂ ਹਾਥੀਦੰਦ ਦਾ ਬਣਿਆ ਪੈਮਾਨਾ ਜਿਹੜਾ ਹੈਗਾ ਜਿਹਨੂੰ ਆਪਾਂ ਸਕੇਲ ਕਹਿ ਸਕਦੇ ਹਾਂ ਮਿਲੇ ਹੈ ਇਹ ਸੰਭਵ ਤੌਰ ਤੇ ਲੰਬਾਈ ਨੂੰ ਮਾਪਣ ਦੇ ਲਈ ਵਰਤਿਆ ਗਿਆ ਸੀ ਕਾਲੀਵੰਗਾ ਤੋਂ ਮਿੱਟੀ ਦਾ ਪੈਮਾਨਾ ਮਿਲਿਆ ਜੀ ਘੱਟੋ ਘੱਟ ਭਾਰ ਦੇ ਸਬੰਧ ਦੇ ਵਿੱਚ ਬਾਈਨਰੀ ਸਿਸਟਮ ਦਾ ਅਨੁਪਾਤ ਸੀਗਾ 1 ਅਨੁਪਾਤ 2 ਅਨੁਪਾਤ 4 ਅਨੁਪਾਤ 8 ਅਨੁਪਾਤ 16 ਅਨੁਪਾਤ 32 ਅਨੁਪਾਤ 64 ਐਵੇਂ 128 ਤੱਕ ਅਤੇ ਉੱਚ ਲੋਡ 120 320 640 ਦੀ ਵਰਤੋਂ ਕੀਤੀ ਜਾਂਦੀ ਸੀ ਸਭ ਤੋਂ ਆਮ ਭਾਰ ਆ ਜਿਹੜਾ ਉਹ ਸੋਨਾ ਮੁੱਲਾਂ ਦਾ ਸੀਗਾ ਜੀ ਜਿਸ ਦਾ ਭਾਰ 3 13.625 ਗ੍ਰਾਮ ਸੀਗਾ ਇਹਨਾਂ ਚੀਜ਼ਾਂ ਨੂੰ ਵੀ ਧਿਆਨ ਚ ਰੱਖਣਾ ਲਿਪੀ ਦੀ ਗੱਲ ਕਰਦੇ ਹਾਂ ਜੀ ਲਿਪੀ ਕਿਹੜੀ ਸੀਗੀ ਆਪਾਂ ਇਹ ਤਾਂ ਜਾਣਦੇ ਹਾਂ ਤੇ ਪੜ੍ਹੀ ਨਹੀਂ ਗਈ ਇਹ ਦੋ ਗੱਲਾਂ ਜਾਣਦੇ ਹਾਂ ਤੇ ਹੋਰ ਦੇਖੋ ਲਿਪੀ ਨਾਲ ਰਿਲੇਟਡ ਕਿੰਨੀ ਜਾਣਕਾਰੀ ਤੁਹਾਨੂੰ ਇੱਥੋਂ ਮਿਲੂਗੀ ਹੜੱਪਾ ਲਿਪੀ ਨੂੰ ਹੁਣ ਤੱਕ ਪੜਿਆ ਨਹੀਂ ਜਾ ਸਕਿਆ ਇਹ ਸਾਰੇ ਜਾਣਦੇ ਹਾਂ ਇਹ ਇੱਕ ਪਿਕਟੋਗ੍ਰਾਫਿਕ ਲਿਪੀ ਹੈ ਅਤੇ ਇਹਨਾਂ ਦੀ ਲਿਖਤ ਕਰਮਬਾਰ ਸੱਜੇ ਤੋਂ ਖੱਬੇ ਕੀਤੀ ਜਾਂਦੀ ਹੈ ਇਹ ਸਾਰੇ ਜਾਣਦੇ ਆ ਜੀ ਜੋ ਕਿ ਵਾਸਟ੍ਰੋਫੌਂਡ ਸਪਾਕਰੋ ਰੂਪ ਦੇ ਵਿੱਚ ਲਿਖੀ ਜਾਂਦੀ ਹੈ ਇਹ ਘੱਟ ਜਾਣਦੇ ਆ ਠੀਕ ਹੈ ਇਸ ਦੇ ਵਿੱਚ ਅਸਲ ਵਿੱਚ 52 ਚਿੰਨ ਹੈ ਜੀ ਬਹੁਤ ਹੀ ਘੱਟ ਜਾਣਦੇ ਆ ਲੋਕ ਖੜੱਪਾ ਲਿਪੀ ਦੇ ਵਿੱਚ 250 ਤੋਂ 400 ਚਿੱਤਰਵਰ ਹਨ ਠੀਕ ਹੈ ਜੀ ਇਹੋ ਜਿਹੀਆਂ ਜਾਣਕਾਰੀਆਂ ਤੁਹਾਨੂੰ ਜਿਹੜਾ ਬੈਚ ਆ ਸਾਡਾ 5 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਉਹਦੇ ਵਿੱਚ ਮਿਲਣਗੀਆਂ ਬੈਚ ਨੂੰ ਜੁਆਇਨ ਜ਼ਰੂਰ ਕਰੋ ਠੀਕ ਹੈ ਜੀ ਉਤੇ ਲੰਬੀ ਬੈਤ ਤਾਂ ਹੋਊਗੀ ਬਾਕੀ ਦੀ ਜਾਣਕਾਰੀ ਤੁਸੀਂ WhatsApp ਤੇ ਮੈਸੇਜ ਕਰਕੇ ਲੈ ਸਕਦੇ ਹੋ ਸਾਰੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਊਗੀ ਸੋ ਅਸੀਂ ਤੁਹਾਨੂੰ ਇਹ ਕਵਾਂਗੇ ਕਿ ਇਹਨੂੰ ਮੈਸਨਾ ਕਰੋ ਹਾਰਡ ਕਾਪੀ ਦੇਵਾਂਗੇ ਜੀ ਅਸੀਂ ਤੁਹਾਨੂੰ ਇਹਨਾਂ ਨੋਟਸਾਂ ਤੁਹਾਡੇ ਐਡਰੈਸ ਤੇ ਭੇਜਾਂਗੇ ਸਲੇਸ਼ ਦੇ ਨਾਲ ਕੰਪਲੀਟ ਹੋਣ ਤੇ ਸਭ ਤੋਂ ਪ੍ਰਸਿੱਧ ਪ੍ਰਤੀਕ ਮੱਛੀ ਦਾ ਹੈਗਾ ਠੀਕ ਹੈ ਜੀ ਮੋਹਰਾ ਤੋਂ ਇਲਾਵਾ ਮਿੱਟੀ ਦੇ ਭਾਂਡਿਆਂ ਤੇ ਲਿਪੀ ਅਤੇ ਧਰਮ ਦੇ ਨਮੂਨੇ ਵੀ ਮਿਲੇ ਆ ਸੰਗਮ ਲਿਪੀ ਦਾ ਸਭ ਤੋਂ ਪੁਰਾਣਾ ਨਮੂਨਾ ਕਨਿੰਗਮ 1853 ਈਸਵੀ ਦੇ ਵਿੱਚ ਜ਼ਿਆਦਾਤਰ ਸਕ੍ਰਿਪਟ ਦੇ ਨਮੂਨੇ ਸੇਲ ਖੜੀ ਮੋਹਰਾਂ ਤੇ ਪਾਏ ਗਏ ਆ ਇਹਨਾਂ ਨੂੰ ਵੀ ਧਿਆਨ ਚ ਰੱਖਣਾ ਵੀ ਹੜੱਪਾ ਲਿਪੀ ਸਵਦੇਸ਼ੀ ਹੈ ਇਸ ਦਾ ਪੱਛਮੀ ਏਸ਼ੀਆ ਦੀਆਂ ਲਿਪੀਆਂ ਦੇ ਨਾਲ ਕੋਈ ਸਬੰਧ ਨਹੀਂ ਹੈ ਜੀ ਫਾਦਰ ਹੇਰਸ ਨੇ ਇਸ ਲਿਪੀ ਨੂੰ ਤਾਮਿਲ ਲਿਪੀ ਦਾ ਮੂਲ ਰੂਪ ਮੰਨਿਆ ਫਾਦਰ ਹੇਰਸ ਆ ਜੀ ਕਈ ਵਾਰੀ ਕੁਐਸਚਨ ਆ ਜਾਂਦਾ ਹੁੰਦਾ ਭਾਰਤੀ ਆਧੁਨਿਕ ਕਿਹੜੀ ਭਾਸ਼ਾ ਦੇ ਨਾਲ ਜਿਹੜਾ ਹੈਗਾ ਦਾ ਰੂਪ ਮੰਨਿਆ ਜਾਂਦਾ ਜਾਂ ਕਿਹੜੀ ਭਾਸ਼ਾ ਤੀ ਇਹ ਜਨਮਦਾਤੀ ਮੰਨੀ ਜਾਂਦੀ ਹੈ ਹੜੱਪਾ ਸਭਿਆਤਾ ਦੀ ਲਿਪੀ ਤਾਂ ਇਹ ਤਾਮਿਲ ਲਿਪੀ ਦੀ ਮੰਨੀ ਹੈ ਜੀ ਮੰਨੀ ਜਾਂਦੀ ਹੈ ਤੇ ਜਿਹੜੇ ਤਾਮਿਲ ਦੇ ਲੇਖਕ ਹੈ ਤਾਮਿਲ ਲਿਪੀ ਦੇ ਮਤਲਬ ਇਹਨੂੰ ਕਹਿਣ ਵਾਲੇ ਕਿ ਤਾਮਿਲ ਲਿਪੀ ਦੀ ਜਾੜ ਹੈ ਜਾਂ ਕਿ ਲੋਕ ਇਹਦੀ ਜਨਮਦਾਤੀ ਹੈ ਤਾਂ ਫਾਦਰ ਹੈ ਹੇਅਰਸ ਹੈ ਠੀਕ ਹੈ ਤੇ ਮੋਸਟਲੀ ਤਾਮਿਲਨਾਡੂ ਦੇ ਇਲਾਕੇ ਦੇ ਜਿਹੜੇ ਤਾਮਿਲ ਲੋਕ ਹੈ ਉਹਨਾਂ ਨੂੰ ਜਿਹੜਾ ਹੈਗਾ ਦਰਵਿੜੀਨ ਵੀ ਕਿਹਾ ਜਾਂਦਾ ਠੀਕ ਹੈ ਸੋ ਦਰਵੜ ਜਾਤੀ ਹੈ ਜਿਹੜੀ ਉਹ ਹੜੱਪਾ ਸਭਿਅਤਾ ਦੀ ਸੀ ਇਹ ਵੀ ਇੱਕ ਵੱਡਾ ਜਿਹੜਾ ਹੈਗਾ ਫੈਕਟ ਹੈਗਾ ਹਿਸਟਰੀ ਦੇ ਵਿੱਚ ਕਿ ਹੜੱਪਾ ਵਾਸੀ ਆ ਜਿਹੜੇ ਉਹ ਦਰਵੜੀਅਨ ਸਨ ਤੇ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਇਹ ਵੀ ਇੱਕ ਥਿਉਰੀ ਪ੍ਰਚਲਿਤ ਹੈ ਕਿ ਇਸ ਤਰ੍ਹਾਂ ਜਿਵੇਂ ਭਾਰਤ ਦਾ ਮੰਨ ਲਓ ਇਹ ਮੈਪ ਆ ਜੇ ਠੀਕ ਹੈ ਤੇ ਤੇ ਵੀ ਕਹਿੰਦੇ ਜਿਹੜਾ ਇਹ ਉਸ ਉਸ ਟਾਈਮ ਦਾ ਭਾਰਤ ਬਣਾਇਆ ਹੋਣ ਦਾ ਤਾਂ ਇੱਥੋਂ ਜੀ ਮੜ ਜਾਂਦਾ ਠੀਕ ਹੈ ਸੋ ਇਹ ਭਾਰਤ ਦੇ ਵਿੱਚ ਮਤਲਬ ਜਦੋਂ ਕਹਿੰਦੇ ਆਰੀਅਨ ਐਂਟਰ ਹੋਗੇ ਤਾਂ ਆਰੀਆਨਾਂ ਨੇ ਦਰਵੜਨਾਂ ਜਿਹੜੇ ਉਹ ਇਥੋਂ ਇਧਰੋਂ ਤੱਕ ਤੇ ਤੇ ਨੀਚੇ ਆ ਗਏ ਤੇ ਜਿਹੜਾ ਇਹ ਇਲਾਕਾ ਇਹ ਦਰਵੜਨ ਜਾਤੀ ਦਾ ਜਿਵੇਂ ਇੱਥੇ ਲੋਕ ਪਾਏ ਜਾਂਦੇ ਆ ਖਾਸ ਕਰਕੇ ਜਿਹਨੂੰ ਆਪਾਂ ਦੱਖਣੀ ਭਾਰਤ ਕਹਿੰਦੇ ਆ ਤਾਂ ਇਹ ਕਹਿੰਦੇ ਦਰਵੜੀਨ ਹੈ ਹੜੱਪਾ ਵਾਸੀ ਹੈ ਇਹ ਠੀਕ ਆ ਮੂਲਨ ਵਾਸੀ ਮੰਨੇ ਜਾਂਦੇ ਆ ਭਾਰਤ ਦੇ ਤੇ ਆ ਸਾਰੇ ਖੇਤਰ ਦੇ ਵਿੱਚ ਆਰੀਆਨਾਂ ਨੇ ਜਿਹੜੇ ਉਹ ਡਵੈਲਪ ਹੋਏ ਜਾਂ ਹੋਰ ਵਿਦੇਸ਼ੀ ਮਿਲਵਰ ਜਿਵੇਂ ਜਿਵੇਂ ਆਏ ਗਏ ਸੋ ਚਲੋ ਜੀ ਅੱਗੇ ਗੱਲ ਕਰਦੇ ਆ ਸਿੰਧੂ ਲਿਪੀ ਨੂੰ ਪੜਨ ਦੀ ਕੋਸ਼ਿਸ਼ ਕੀਤੀ ਹੈ ਜੀ ਐਨ ਬਰਮਾ ਪ੍ਰੋਫੈਸਰ ਐਸ ਆਰ ਰਾਓ ਤੇ ਆਈ ਮਹਾਦੇਵ ਨੇ ਅਸੋਈ ਥਿਉਰੀਆਂ ਹੁੰਦੀਆਂ ਠੀਕ ਹੈ ਇਹ ਵੀ ਇੱਕ ਥਿਉਰੀ ਹੈ ਜਿਹੜੀ ਤੁਹਾਨੂੰ ਦੱਸੀ ਹੈ ਵੀ ਇਹ ਥਿਉਰੀ ਪ੍ਰਚਲਿਤ ਹੈ ਸੱਚ ਕੀ ਹੈ ਫੈਕਟ ਕੀ ਹੈ ਹਿਸਟਰੀ ਇੱਕ ਆਬਜੈਕਟਿਵ ਵਿਸ਼ਾ ਠੀਕ ਹੈ ਜੀ ਤੇ ਆਬਜੈਕਟਿਵ ਆਬਜੈਕਟਿਵਿਟੀ ਦੇ ਵਿੱਚ ਆਪਾਂ ਕਿਸੇ ਵੀ ਚੀਜ਼ ਨੂੰ ਜਿਹੜਾ ਹੈਗਾ 100% ਸ਼ੋਰਟੀ ਨਹੀਂ ਦੇ ਸਕਦੇ ਰਿਸਰਚ ਹੁੰਦੀਆਂ ਰਹਿੰਦੀਆਂ ਇੱਕ ਥਿਉਰੀ ਨੂੰ ਨਕਾਰਿਆ ਜਾਂਦਾ ਇੱਕ ਨੂੰ ਅਡਾਪਟ ਕਰ ਲਿਆ ਜਾਂਦਾ ਇਸ ਤਰ੍ਹਾਂ ਚੱਲਦਾ ਰਹਿੰਦਾ ਕੰਮ ਸੋ ਪਰ ਜਿਹੜੇ ਤੱਥ ਹੁੰਦੇ ਆ ਜਿੱਥੇ ਉਹ ਫੈਕਟ ਖੜ ਜਾਂਦੇ ਆ ਤੱਥ ਖੜ ਜਾਂਦੇ ਆ ਤਾਂ ਉੱਥੇ ਫਿਰ ਉਹ ਚੀਜ਼ ਨੂੰ ਕਿਤੇ ਨਾ ਕਿਤੇ ਆਪਾਂ ਮੰਨਦੇ ਆ। ਸੋ ਦਰਵੜੀਅਨ ਜਿਹੜੇ ਹੈਗੇ ਆ ਉਹ ਫੈਕਟ ਹੈ ਇੱਕ ਤੇ ਇਹਨੂੰ ਆਪਾਂ ਕਿਸੇ ਹੱਦ ਤੱਕ ਜਿਹੜੇ ਕਾਫੀ ਇਤਿਹਾਸਕਾਰ ਆ ਜਿਹੜੇ ਉਹ ਮੰਨਦੇ ਆ ਤੇ ਇਸ ਕਰਕੇ ਆਪਾਂ ਵੀ ਇਹਨੂੰ ਮੰਨਦੇ ਆ। ਸਿੰਧੂ ਲਿਪੀ ਨੂੰ ਪੜਨ ਦੀ ਕੋਸ਼ਿਸ਼ ਜਿਹੜੀ ਐ ਨ ਵਰਮਾ ਤੇ ਐਸ ਆਰ ਰਾਓ ਨੇ ਕੀਤੀ ਐ ਤੇ ਆਈ ਮਹਾਦੇਵਨ ਨੇ ਕੀਤੀ ਐ। ਸਭ ਤੋਂ ਪਹਿਲਾਂ ਸਿੰਧੂ ਲਿਪੀ ਪੜਨ ਦੀ ਕੋਸ਼ਿਸ਼ ਐਲ ਐ ਵੀਡਨ ਨੇ 1925 ਦੇ ਵਿੱਚ ਕੀਤੀ ਸੀ ਕਿ ਉਹ ਕਹਿੰਦਾ ਵੀ ਮੈਂ ਪੜ ਲਈਏ ਲਿਪੀ ਮੈਨੂੰ ਪਤਾ ਲੱਗ ਗਿਆ। ਤੇ ਫਿਰ ਲਿਪੀ ਨੂੰ ਜਿਹੜਾ ਹੈਗਾ ਆਈ ਮਹਾਨ ਦੇਵਨ ਦੁਆਰਾ ਸਮਝਾਇਆ ਗਿਆ ਉਹ ਕਹਿੰਦਾ ਉਹਨੇ ਸਮਝਾਇਆ ਇਹ ਲਿਪੀ ਨੂੰ ਵੀ ਕੀ ਲਿਖਿਆ ਹੈ ਜਿਸਨੇ ਇਸ ਨੂੰ ਕੰਪਿਊਟਰ ਦੇ ਨਾਲ ਪੜਨ ਦੀ ਕੋਸ਼ਿਸ਼ ਕੀਤੀ ਸੀਗੀ ਹੜੱppa ਸਭਿਆਤਾ ਦਾ ਸਭ ਤੋਂ ਲੰਮਾ ਛਿਲਾ ਲੇਖ 26 ਚਿੰਨਾਵਾਲਾ ਜੀ ਜਿਹੜਾ ਇੱਕ ਛਿਲਾ ਲੇਖ ਸਾਨੂੰ ਮਿਲਦਾ ਹੈ ਉਹ ਤੇ 26 ਚਿੰਨਾ ਅੰਕਤਾ ਹੈ ਹੜੱppa ਸਭਿਆਤਾ ਦਾ ਸਭ ਤੋਂ ਲੰਮਾ ਛਿਲਾ ਲੇਖ ਹੈ ਅੱਗੇ ਆ ਜੋ ਵੀ ਭਾਸ਼ਾ ਹੋਣ ਆ ਜੋ ਜੀ ਭਾਸ਼ਾ ਦੇ ਨਾਲ ਰਿਲੇਟਡ ਜਦੋਂ ਆਪਾਂ ਜਾਵਾਂਗੇ ਤਾਂ ਬਲੋਚਿਸਤਾਨ ਦਾ ਬਰੂਹੀ ਕਬੀਲਾ ਜਾਂ ਬਰੂਹੀ ਭਾਸ਼ਾ ਇੱਥੇ ਬੋਲੀ ਜਾਂਦੀ ਹੈ ਜੋ ਕਿ ਦਰविड़ ਭਾਸ਼ਾ ਹੈ ਤੇ ਦਰविड़ ਭਾਸ਼ਾ ਹੋਰ ਕਿੱਥੇ ਬੋਲੀ ਜਾਂਦੀ ਹੈ ਉਹ ਪਹੁਣੀ ਗੱਲ ਕਰਕੇ ਹਟੇ ਆਂ ਦੱਖਣ ਭਾਰਤ ਦੇ ਵਿੱਚ ਖਾਸ ਕਰਕੇ ਤਾਮਿਲਨਾਡੂ ਦੇ ਇਲਾਕਿਆਂ ਦੇ ਵਿੱਚ ਠੀਕ ਹੈ ਜੀ ਇਹ ਦਰਵੜੀਆਂ ਲੋਕ ਰਹਿੰਦੇ ਆ ਤੇ ਦਰਵੜ ਭਾਸ਼ਾ ਬੋਲੀ ਜਾਂਦੀ ਹੈ ਸੋ ਬਲੋਚਿਸਤਾਨ ਦਾ ਬਰੂਹੀ ਕਬੀਲਾ ਇਹਦੀ ਬਰੂਹੀ ਭਾਸ਼ਾ ਇਹਦੇ ਨਾਲ ਮੇਲ ਖਾਂਦੀ ਭਾਸ਼ਾ ਕਿਹੜੀ ਹੈ ਦਰविड़ ਭਾਸ਼ਾ ਜਿਸ ਦਾ ਸਰੋਤ ਸਿੰਧੂ ਸਭਿਅਤਾ ਦੀ ਘਾਟੀ ਹੈ ਜਿਹੜੀ ਇਹਦੀ ਭਾਸ਼ਾ ਨੂੰ ਹੀ ਮੰਨਿਆ ਜਾਂਦਾ ਹੈ ਹੁਣ ਆ ਜੋ ਮੋਹਰਾ ਮੋਹਰਾ ਦੀ ਡਿਟੇਲ ਦੇਖੋ ਹੁਣ ਠੀਕ ਹੈ ਮੋਹਰਾ ਦੇ ਵਿੱਚ ਕੀ ਆ ਹੁਣ ਤੱਕ ਹੜੱਪਾ ਦੀਆਂ ਵੱਖ-ਵੱਖ ਥਾਵਾਂ ਤੇ ਲਗਭਗ 2000 ਮੋਹਰੇ ਪ੍ਰਾਪਤ ਹੋ ਚੁੱਕੀਆਂ ਸਭ ਤੋਂ ਵੱਧ ਮੋਹਰਾ ਮਹਿੰਜਦਾੜੋ ਦੇ ਵਿੱਚ ਲਗਭਗ 500 ਦੇ ਕਰੀਬ ਮਿਲੀਆਂ ਇਹ ਆਪਾਂ ਨੂੰ ਮਿਲਿਆ ਲਿਖਿਆ ਮਿਲਦਾ ਕਿਤਾਬਾਂ ਚ 400 ਤੋਂ ਵੱਧ ਠੀਕ ਹੈ ਬਟ ਅੱਜ ਦੀ ਘੜੀ ਇਹਨਾਂ ਦੀ ਗਿਣਤੀ ਹੈ ਜਿਹੜੀ ਉਹ 500 ਹੋ ਚੁੱਕੀ ਹੈ ਜੀ 500 ਹੋ ਚੁੱਕੀ ਹੈ ਖੜੱਪਾ ਮੋਹਰਾ ਸੇਲ ਖੜੀ ਟਾਇਲਕ ਪੱਥਰ ਦੀਆਂ ਬਣੀਆਂ ਹੋਈਆਂ ਸੀਗੀਆਂ ਲੋਥਲ ਅਤੇ ਦੇਸਲਪੁਰ ਤੋਂ ਤਾਂਬੇ ਦੀਆਂ ਮਣੀਆਂ ਮੋਹਰਾ ਜਿਹੜੀਆਂ ਹੈਗੀਆਂ ਉਹ ਵੀ ਪ੍ਰਾਪਤ ਕੀਤੀਆਂ ਗਈਆਂ ਲੋਥਲ ਤੋਂ ਬਟਨ ਦੇ ਆਕਾਰ ਦੀਆਂ ਮੋਹਰਾ ਜਿਹੜੀਆਂ ਹੈਗੀਆਂ ਉਹ ਵੀ ਸਾਨੂੰ ਮਿਲਦੀਆਂ ਸਿੰਧੂ ਮੋਹਰਾ ਵਰਗਾ ਵਰਗ ਆਇਤਕਾਰ ਗੋਲਾਕਾਰ ਅਤੇ ਸਿਲੰਡਰ ਆਕਾਰ ਸੀਗੀਆਂ ਠੀਕ ਹੈ ਜੀ ਜਿਹੜੀਆਂ ਸਿੰਧੂ ਸਭਿਅਤਾ ਦੀਆਂ ਮੋਹਰਾ ਸੀ ਇਹ ਆਪਾਂ ਨੂੰ ਮਾਸਟਰ ਗ੍ਰੈਜੂਏਟਰ ਚ ਕੁਐਸਚਨ ਆਇਆ ਸੀ ਪਿਛਲੀ ਵਾਰ ਉਹਦੇ ਤੇ ਅਬਜੈਕਸ਼ਨ ਵੀ ਲੱਗਦਾ ਸੀਗਾ ਸ਼ਾਇਦ ਕਿਸੇ ਨੇ ਲਾਇਆ ਪਤ ਨਹੀਂ ਨਹੀਂ ਲਾਇਆ ਕੀ ਕਿਸ ਤਰ੍ਹਾਂ ਦੀਆਂ ਮੋਹਰਾਂ ਤਾਂ ਇਕਾਕਾਰ ਦੀਆਂ ਨਹੀਂ ਐਤਕਾਰ ਵੀ ਹੈ ਜੀ ਠੀਕ ਹੈ ਗੋਲਾਕਾਰ ਵੀ ਹੈ ਤੇ ਸਿਲੰਡਰ ਆਕਾਰ ਵੀ ਹੈ ਜਿਆਦਾਤਰ ਮੋਹਰਾਂ ਜਿਹੜੀਆਂ ਉਹ ਵਰਗਾਕਾਰ ਦੀਆਂ ਜੀਆਂ ਮਤਲਬ ਚਾਰੇ ਆਕਾਰ ਸਾਨੂੰ ਦੇਖਣ ਨੂੰ ਮਿਲਦੇ ਆ ਐਤਕਾਰ ਗੋਲਾਕਾਰ ਸਿਲੰਡਰ ਆਕਾਰ ਤੇ ਵਰਗਾਕਾਰ ਸੋ YouTube ਚੈਨਲ ਤੁਹਾਡਾ GNDS ਅਕੈਡਮੀ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਜਰੂਰ ਕਰੋ ਟੈਲੀਗ੍ਰam ਲਿੰਕ ਆ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੈ ਟੈਲੀਗ੍ਰam ਦੇ ਵਿੱਚ ਤੁਸੀਂ ਡਾਇਰੈਕਟ GNDS ਅਕੈਡਮੀ ਸਰਚ ਕਰਕੇ ਵੀ ਚੈਨਲ ਨੂੰ ਜੁਆਇਨ ਕਰ ਸਕਦੇ ਹੋ Play Store ਤੇ ਆਪਣੀ ਅਫੀਸ਼ੀਅਲ ਐਪ ਵੀ ਹੈ ਜੀ GNDS Academy Google Play Store ਤੇ ਸਰਚ ਕਰਕੇ ਤੁਸੀਂ ਆਪਣੀ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਹੋ ਲੌਗਇਨ ਹੋ ਸਕਦੇ ਹੋ ਇਹਦੇ ਵਿੱਚ ਹੀ ਤੁਹਾਨੂੰ ਇਹ ਤਿੰਨਾਂ ਕਲਾਸਾਂ ਦੀ ਪੀਡੀਐਫ ਹੈ ਜਿਹੜੀ ਉਹ ਫਰੀ ਰੂਪ ਦੇ ਵਿੱਚ ਮਿਲੂਗੀ ਹਾਂਜੀ ਅੱਗੇ ਆਜੋ ਸੋ ਜ਼ਿਆਦਾਤਰ ਮੋਹਰਾਂ ਦੇ ਵਿੱਚ ਛੋਟੇ ਟੈਕਸਟ ਦੇ ਨਾਲ ਜਿਹੜਾ ਹੈਗਾ ਜਾਨਵਰਾਂ ਦੇ ਚਿੱਤਰ ਹੁੰਦੇ ਆ ਕੁਝ ਮੋਹਰਾਂ ਦੇ ਵਿੱਚ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵੀ ਉੱਪਰੀਆਂ ਸਾਨੂੰ ਮਿਲਦੀਆਂ ਖੜੱਪਾ ਸਭਿਆਤਾਨੀਆਂ ਮੋਹਰਾਂ ਅਤੇ ਟਾਈਗਰ ਦਾ ਨਿਸ਼ਾਨ ਮਿਲਦੇ ਆ ਜਦਕਿ ਵੇਦਾਂ ਦੇ ਵਿੱਚ ਟਾਈਗਰ ਦਾ ਜ਼ਿਕਰ ਨਹੀਂ ਮਿਲਦਾ ਸਾਨੂੰ ਹੜੱਪਾ ਸਭਿਆਤਾ ਦੀਆਂ ਮੋਹਰਾਂ ਦੇ ਪਿੱਪਲ ਤੇ ਬਿਨਾ ਹਾਂਪ ਦੇ ਬਲਦ ਇੱਕ ਜੁਲੀਕੌਨ ਦਾ ਸੀਗਾ ਠੀਕ ਹੈ ਜੇ ਲੋਥਲ ਅਤੇ ਕਾਲੀ ਮੰਗਾ ਤੋਂ মুদ্রা ਛਾਪੇ ਜਿਹਨੂੰ ਰਾਜ਼ ਮੁੰਦਰੰਕ ਕਹਿੰਦੇ ਆਪਾਂ ਉਹ ਵੀ ਮਿਲੇ ਆ ਮੰਜਦਾੜੋ ਦੀ ਇੱਕ ਮੋਹਰ ਦੀ ਤਸਵੀਰ ਦੀ ਤੁਲਨਾ ਸੁਮੇਰੀਅਨ ਮਿਥਿਹਾਸਕ ਪਾਤਰ ਗਿਲਗਾਮੇਸ਼ ਦੇ ਨਾਲ ਕੀਤੀ ਜਾਂਦੀ ਹੈ ਇਹ ਤੁਹਾਡੇ ਲਿੰਕ ਨੇ ਟੈਲੀਗ੍ਰਾਮ YouTube ਤੇ ਐਪ ਦਾ ਲਿੰਕ ਇਹਨਾਂ ਨੂੰ ਵੀ ਜਰੂਰ ਜੁਆਇਨ ਕਰੋ ਤੇ ਇੰਸਟਾਲ ਕਰੋ ਐਪ ਨੂੰ ਸੋ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਪਲੀਜ਼ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਆ ਗਿਆ ਜੀ ਮੂਰਤੀਆਂ ਮੂਰਤੀਆਂ ਕਾਦੀਆਂ ਬਣੀਆਂ ਹੋਈਆਂ ਸੀ ਟੈਰਾਕੋਟਾ ਦੀਆਂ ਹੜੱਪਨ ਸਭਿਅਤਾ ਦੇ ਖੇਤਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅੱਗ ਨਾਲ ਬਣੇ ਟੈਰਾਕੋਟਾ ਦੀਆਂ ਮੂਰਤੀਆਂ ਮਿਲੀਆਂ ਸਾਨੂੰ ਪੱਕੀਆਂ ਹੋਈਆਂ ਮੂਰਤਾਂ ਜਿਹਨੂੰ ਆਪਾਂ ਪੱਕੀ ਮਿੱਟੀ ਦੀਆਂ ਮੂਰਤਾਂ ਵੀ ਕਹਿ ਦਿੰਨੇ ਆ ਇਹ ਖੜਾਉਣੇ ਅਤੇ ਪੂਜਾ ਦੀਆਂ ਮੂਰਤੀਆਂ ਬਣਾਉਣ ਲਈ ਵਰਤੇ ਜਾਂਦੇ ਸੀਗੇ ਜੀ ਮਾਦਾ ਟੈਰਾਕੋਟਾ ਦੇ ਅੰਕੜੇ ਸਭ ਤੋਂ ਵੱਧ ਗਿਣਤੀ ਦੇ ਵਿੱਚ ਮਿਲਦੇ ਆ ਤੁਹਾਨੂੰ ਅੱਪਾ ਦਿਖਾਵਾਂਗੇ ਵੀ ਫੋਟੋ ਉਹਦੇ ਵਿੱਚ ਜਿਹੜੀਆਂ ਮੂਰਤੀਆਂ ਨੇ ਇਹ ਟੈਰਾਕੋਟਾ ਮੂਰਤੀਆਂ ਨੂੰ ਚੁਟਕੀ ਅਤੇ ਦਬਾਅ ਵਿਧੀ ਦੀ ਵਰਤੋਂ ਕਰਕੇ ਹੱਥਾਂ ਦੇ ਨਾਲ ਬਣਾਇਆ ਗਿਆ ਜੀ ਟੈਰਾਕੋਟਾ ਦੀਆਂ ਸਾਰੀਆਂ ਮੂਰਤੀਆਂ ਵਿੱਚੋਂ 73% ਜਾਨਵਰ ਅਤੇ ਪੰਛੀ ਅਤੇ 25% ਮਨੁੱਖ ਹੈਗੇ ਜਾਨਵਰਾਂ ਦੇ ਵਿੱਚ ਸਭ ਤੋਂ ਵੱਧ ਕੁੱਬ ਵਾਲੇ ਟੌਰਸ ਪੰਛੀਆਂ ਦੇ ਵਿੱਚ ਚਿੜੀ ਵਿੱਚ ਸਭ ਤੋਂ ਵੱਧ ਟੈਰਾਕੋਟਾ ਦੀਆਂ ਮੂਰਤੀਆਂ ਜਿਹੜੀਆਂ ਉਹ ਮਿਲਦੀਆਂ ਸਾਨੂੰ ਮਤਲਬ ਇਹ ਅੰਕਕਤ ਮਿਲਦੇ ਆ ਪੰਛੀ ਪਾਂਛੀਆਂ ਦੇ ਵਿੱਚ ਚੜੀ ਮੋਰਾਂ ਤੇ ਤੇ ਕੁੱਪ ਵਾਲੇ ਟੌਰਸ ਜਾਨਵਰਾਂ ਦੇ ਵਿੱਚ ਮੋਰ ਤੇ ਟੈਰਾਕੋਟਾ ਤੇ ਗਾਂ ਦਾ ਚਿੱਤਰ ਸਾਨੂੰ ਨਹੀਂ ਮਿਲਦਾ ਜੀ ਹੜੱਪਾ ਸਭਿਅਤਾ ਤੋਂ ਹੀਟ ਲਿਖੀਆਂ ਚੀਜ਼ਾਂ ਦਾ ਕੋਈ ਅਵਸ਼ੇਸ਼ ਸਾਨੂੰ ਨਹੀਂ ਮਿਲਦਾ ਹੁਣ ਦੇਖੋ ਕਿਹੜੀਆਂ-ਕਿਹੜੀਆਂ ਚੀਜ਼ਾਂ ਸਾਨੂੰ ਕੋਈ ਅਵਸ਼ੇਸ਼ ਨਹੀਂ ਮਿਲਦਾ ਨਹਿਰਾਂ ਦੀ ਦੁਆਰਾ ਸਿੰਚਾਈ ਸੁੱਤਕੋਈ ਨੂੰ ਛੱਡ ਕੇ ਹੋਰ ਥਾਵਾਂ ਤੇ ਨਹੀਂ ਮਿਲਦਾ ਨਦੀ ਪੂਜਾ ਮੰਦਰ ਸ਼ੇਰ ਪੰਨਾ ਆਇਰਨ ਇਹ ਚੀਜ਼ਾਂ ਸਾਨੂੰ ਇੱਥੋਂ ਨਹੀਂ ਮਿਲਦੀਆਂ ਹੜੱਪਨ ਸਭਿਅਤਾ ਦੇ ਵਿੱਚੋਂ ਉੱਤਰ ਹੜੱਪਾ ਸਭਿਆਚਾਰ ਜਾਂ ਕਹੋ ਕਿ ਉੱਤਰ ਹੜੱਪਾ ਕਾਲ ਜਿਹੜਾ ਹੈਗਾ ਜੀ ਠੰਡਾ ਕਾਲ ਖੜੱਪਾ ਸਭਿਅਤਾ ਦਾ 1800 BC ਇਸ ਤੋਂ ਬਾਅਦ ਜਿਹੜਾ ਹੈਗਾ BC ਤੋਂ ਬਾਅਦ ਜਿਹੜਾ ਸੜੱਪਾ ਸਭਿਅਤਾ ਦਾ ਸਿਖਰ ਆਉ ਖਤਮ ਹੋ ਗਿਆ ਤੇ ਇਸ ਸਭਿਅਤਾ ਪਤਨ ਦੇ ਵੱਲ ਜਾਣੀ ਸ਼ੁਰੂ ਹੋ ਗਈ ਇਸ ਤੋਂ ਬਾਅਦ ਦੀ ਜਾਂ ਉੱਤਰ ਹੜੱਪਾ ਸਭਿਅਤਾ ਦੇ ਵਿਸ਼ੇਸ਼ ਸਾਨੂੰ ਜਿੰਨੇ ਵੀ ਮਿਲਦੇ ਆ ਉਹਦੇ ਬਾਰੇ ਗੱਲ ਕਰਾਂਗੇ ਉੱਤਰ ਹੜੱਪਾ ਸਭਿਅਤਾ ਜਾਂ ਹੜੱਪਾ ਸਭਿਆਚਾਰ ਦੇ ਵਿਸ਼ੇਸ਼ ਰੰਗਪੁਰ ਤੇ ਪ੍ਰਾਪਸਪਟਨ ਤੋਂ ਮਿਲੇ ਹੈਗੇ ਭਾਰਤ ਦੇ ਵਿੱਚ 900 ਸੀ ਉੱਤਰ ਹੜੱਪਾ ਸਥਾਨ ਹੈਗੇ ਜੋ ਸਭ ਤੋਂ ਵੱਧ ਹੈ ਇਹ ਸੱਭਿਆਚਾਰ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਰੂਪਾਂ ਦੇ ਨਾਲ ਮੌਜੂਦ ਸੀਗੀ ਜੀ ਸਿੰਧ ਦੇ ਵਿੱਚ ਝੁਕਰ ਜਾਂ ਚਾਂਦਰ ਸਾਂਸਕ੍ਰਿਤੀ ਪੁਆਇੰਟਾਂ ਨੂੰ ਧਿਆਨ ਚ ਰੱਖੀ ਜਾਵੇ ਤੁਸੀਂ ਕਿਤੇ ਨਹੀਂ ਪੜਿਆ ਹੋਣਾ ਹੜੱਪਾ ਅਤੇ ਬਹਾਵਲਪੁਰ ਵਿਖੇ ਕਬਰਸਥਾਨ ਐਚ ਕਲਚਰ ਪਸ਼ਾਵਰ ਵਿਖੇ ਗੰਧਾਰਾ ਕਬਰ ਸੰਸਕ੍ਰਿਤੀ ਠੀਕ ਹੈ ਜੀ ਇਹ ਡਿਵੈਲਪ ਹੋਈਆਂ ਹੜੱਪਾ ਦੀਆਂ ਉੱਤਰ ਹੜੱਪਾ ਕਾਲ ਦੇ ਵਿੱਚ ਜਿਹੜੀਆਂ ਸੰਸਕ੍ਰਿਤੀਆਂ ਜਾਂ ਜਿਹੜੇ ਕਲਚਰ ਹੈ ਗੰਧਾਰ ਮਕਬਰੇ ਦੀ ਸੰਸਕ੍ਰਿਤੀ ਦੇ ਸਥਾਨ ਕਟਾਇਲਈ ਤੋਂ ਜਈਆਂ ਦੋ ਕਬਰਾਂ ਮਿਲੀਆਂ ਜਿੱਥੇ ਮਾਲਕ ਦੇ ਨਾਲ ਘੋੜਿਆਂ ਨੂੰ ਦਫਨਾਇਆ ਗਿਆ ਸੀਗਾ। ਭਗਵਾਨਪੁਰ ਇੱਥੇ ਮਤਲਬ ਘੋੜੇ ਦੀ ਜਾਣਕਾਰੀ ਵੱਧ ਗਈ ਸੀ। ਭਗਵਾਨਪੁਰ ਹਰਿਆਣਾ ਡੜਹੇਰੀ ਡਡੇਰੀ ਜਿਹਨੂੰ ਆਪਾਂ ਕਹਿ ਦਿੰਦੇ ਆਂ ਪੰਜਾਬ ਦੇ ਵਿੱਚ ਤੇ ਪਾਂਡੂ ਵਰਣੀ ਮਿੱਟੀ ਦੇ ਵਰਤਨ ਆ ਜਿਹੜੇ ਇਹ ਸਾਰੇ ਸੱਭਿਆਚਾਰ ਦੇ ਅਵਸ਼ੇਸ਼ ਸਾਨੂੰ ਮਿਲਦੇ ਆ। ਗੁਜਰਾਤ ਦੇ ਰੰਗਪੁਰ, ਰੋਜਦੀਪ, ਪ੍ਰਾਪਸਪਾਟਨ, ਡਾਬਰ ਕੋਟ, ਪਧਰੀ, ਕਾਨਿਆਂਵਾਲੀ ਅਤੇ ਲਾ ਤੋਂ ਲਾਲ ਚਮਕਦਾਰ ਮਿੱਟੀ ਦੇ ਜਿਹੜੇ ਹੈਗੇ ਆ ਭਾਂਡੇ ਦੇ ਸੱਭਿਆਚਾਰ ਦੇ ਵਿਸ਼ੇਸ਼ ਸਾਨੂੰ ਦੇਖਣ ਨੂੰ ਮਿਲਦੇ ਆ ਜੀ ਉੱਤਰੀ ਹੜੱਪਾ ਸਾਂਸਕ੍ਰਿਤੀ ਮੁੱਖ ਤੌਰ ਤੇ ਪਿੰਡੂ ਸਭਿਆਤਾਵਾਂ ਅਤੇ ਤਾਂਬਰ ਪੱਥਰ ਦੀ ਸਭਿਆਤਾ ਸੀ ਜੀ ਹੜੱਪਾ ਦੇ ਕਾਲੇ ਰੰਗ ਦੇ ਸੁਲੇਟੀ ਮਿੱਟੀ ਦੇ ਬਰਤਨ ਦੀ ਵਰਤੋਂ ਕੀਤੀ ਜਾਂਦੀ ਸੀ ਭਗਵਾਨਪੁਰਾ ਦੇ ਵਿੱਚੋਂ ਉੱਤਰੀ ਹੜੱਪਾ ਸਬਾਸੀਆਂ ਨੇ ਪੱਕੀਆਂ ਇੱਟਾਂ ਦੀ ਵਰਤੋਂ ਕੀਤੀ ਸੀ ਇਹ ਹੜੱਪਾ ਤੋਂ ਬਾਅਦ ਦੀਆਂ ਹੋਰ ਥਾਵਾਂ ਤੇ ਨਹੀਂ ਲੱਭਿਆ ਇਹ ਮਤਲਬ ਹੋਰ ਕਿਤੇ ਨਹੀਂ ਮਿਲਦਾ ਅੱਗੇ ਚੱਲਦੇ ਹਾਂ ਜੀ ਹੜੱਪਾ ਸਭਿਆਤਾ ਦਾ ਪਤਨ ਪਤਨ ਦੀ ਗੱਲ ਜਦੋਂ ਆਪਾਂ ਕਰਾਂਗੇ ਤਾਂ ਹੀਲਰ ਕਹਿੰਦਾ ਜੀ ਸਿੰਧੂ ਸਭਿਆਤਾ ਦੇ ਪਤਨ ਲਈ ਇੰਦਰ ਨੂੰ ਜ਼ਿੰਮੇਵਾਰ ਮੰਨਦਾ ਹੈ ਕਹਿੰਦਾ ਵੀ ਹੜ੍ਹਾਂ ਆ ਗਏ ਸੀ ਹਨ ਵਿਲਰ ਨੇ ਜਾਲੀ ਕਿਸਮ ਦੇ ਖੁਦਾਈ ਵਿਧੀ ਦੀ ਵਿਆਖਤ ਕੀਤੀ ਹੈ ਠੀਕ ਹੈ ਜੀ ਵਿਲਰ ਇੱਥੇ ਆਊਗਾ ਸਭ ਤੋਂ ਪਹਿਲਾਂ ਰਾਮ ਪ੍ਰਸਾਦ ਚੰਦਰ ਨੇ ਆਰੀਅਨ ਹਮਲੇ ਦਾ ਸਿਧਾਂਤ ਦਿੱਤਾ ਸੀ ਤੇ ਸਭ ਤੋਂ ਪਹਿਲਾਂ ਜਾਰਜ ਡੇਅਸ ਨੇ ਆਰੀਅਨ ਹਮਲੇ ਦੇ ਸਿਧਾਂਤ ਦਾ ਖੰਡਨ ਕੀਤਾ ਸੀ ਜਾ ਦੇਖੋ ਜੀ ਐਂ ਹੀ ਪੁੱਛਦੇ ਹੁੰਦੇ ਆ ਸਿਧਾਂਤ ਕਿਹਨੇ ਦਿੱਤਾ ਸੀ ਸਭ ਤੋਂ ਪਹਿਲਾਂ ਤੇ ਉਹਦਾ ਖੰਡਨ ਕਿਹਨੇ ਕੀਤਾ ਸੀ ਯਾਦ ਰੱਖੋ ਜੌਸ ਦੇ ਉਸਨੇ ਖੰਡਨ ਕੀਤਾ ਸੀ ਰਾਮ ਪ੍ਰਸਾਦ ਚੰਦਰ ਨੇ ਸਿਧਾਨ ਦਿੱਤਾ ਸੀ ਸਭ ਤੋਂ ਪਹਿਲਾਂ ਸ਼ਰੀਨ ਰਤਨਾਗਰ ਨੇ ਮੈਸੋਪੋਟਾਮੀਆ ਨਾਲ ਆਲੀਸ਼ਾਨ ਵਪਾਰ ਦੀ ਗਰਾਫਟ ਮੰਦਰਸਾਇਆ ਵੀ ਵਪਾਰ ਘਟ ਗਿਆ ਸੀਗਾ ਇਸ ਨੂੰ ਹੜੱਪਾ ਸਭਿਅਤਾ ਦੇ ਪਤਨ ਦਾ ਕਾਰਨ ਮੰਨਿਆ ਜਾਂਦਾ ਫੁਟਕਲ ਤੱਥ ਕਿਹੜੇ-ਕਿਹੜੇ ਆ ਜੀ ਤਖਾਨਵਾਲਾ ਡੇਰਾ ਰਾਜਸਥਾਨ ਦੇ ਵਿੱਚ ਹੜੱਪਾ ਸਭਿਅਤਾ ਦਾ ਕੇਂਦਰ ਸੀਗਾ ਇਹ ਮਿੱਟੀ ਦੇ ਬਰਤਨ ਦੀ ਸਭਿਅਤਾ ਦਾ ਕੇਂਦਰ ਸੀ ਸ਼ਿਕਾਰਪੁਰ ਗੁਜਰਾਤ ਦੇ ਵਿੱਚ ਹੜੱਪਾ ਸਭਿਅਤਾ ਦਾ ਸਿਧਾਨ ਹੈ ਜੀ ਇਥੋਂ ਕੀ ਹੈ ਜੀ ਇਹਦੇ ਵਿੱਚ ਗੁਜਰਾਤ ਦੇ ਵਿੱਚ ਕਾਨਮੇਰ ਹੜਪਣ ਨਵੀਨਤਮ ਖੁਦਾਈ ਦਾ ਸਥਾਨ ਹੈ 2006 ਦੇ ਵਿੱਚ ਕੱਚ ਤੋਂ ਗੁਜਰਾਤ ਦੇ ਕਾਨਮੇਰ ਤੱਕ ਇੱਕ ਸੰਯੁਕਤ ਭਾਰਤੀ ਜਪਾਨੀ ਟੀਮ ਦੁਆਰਾ ਖੁਦਾਈ ਕੀਤੀ ਗਈ ਸੀ ਧਿਆਨ ਚ ਰੱਖਣਾ ਕੁਐਸਚਨ ਆ ਜਾਂਦਾ ਹੁੰਦਾ 2006 ਚ ਕਿਹੜੇ ਥਾਂ ਤੇ ਖੁਦਾਈ ਹੋਈ ਕੱਚ ਤੇ ਕੱਚ ਕਿੱਥੇ ਹੈ ਗੁਜਰਾਤ ਦੇ ਵਿੱਚ ਕਿਹਨੇ ਖੁਦਾਈ ਕੀਤੀ ਸੀਗੀ ਸੰਯੁਕਤ ਟੀਮ ਸੀ ਭਾਰਤ ਦੀ ਤੇ ਜਪਾਨ ਦੀ ਠੀਕ ਹੈ ਜੀ ਤੇ ਇਸ ਖੁਦਾਈ ਦੇ ਵਿੱਚ ਸੇਲ ਖੜੀ ਦੇ ਮਣਕੇ ਅਤੇ ਮਣਕੇ ਵੱਡੀ ਗਿਣਤੀ ਦੇ ਵਿੱਚ ਮਿਲੇ ਆ। ਗੁਜਰਾਤ ਦੀ ਪੁਜ ਤਹਿਸੀਲ ਹੈ ਜਿਹੜੀ ਕਸ਼ ਜ਼ਿਲ੍ਹਾ ਦੇ ਵਿੱਚ ਸ਼ਿਕਰਪੁਰ ਤੋਂ ਹੜੱਪੜ ਸਥਾਨ ਦੀ ਖੁਦਾਈ ਜਿਹੜੀ ਹੈ ਕੁਲਦੀਪ ਭਾਨ ਅਤੇ ਪੀ ਅਜੀਤ ਪ੍ਰਸਾਦ ਦੇ ਦੁਆਰਾ ਕੀਤੀ ਗਈ ਹੈ। ਕਸ਼ ਦੀ ਜੁਨੀਕਰਾਂ ਤੋਂ ਦੋ ਸਟੇਡੀਆ ਦਾ ਸਬੂਤ ਮਿਲੇ ਆ ਤੇ ਜਿਹੜੇ ਵੀ ਪਤਨ ਦੇ ਬਾਕੀ ਦੇ ਕਾਰਨੋਂ ਆਪਾਂ ਪਹਿਲਾਂ ਕਰ ਚੁੱਕੇ ਆ ਪਹਿਲਾਂ ਵਾਲੀਆਂ ਕਲਾਸਾਂ ਜਰੂਰ ਦੇਖੋ ਏਸ਼ੀਅਨ ਹਿਸਟਰੀ ਦੀ ਪਲੇਲਿਸਟ ਆ ਜਿਹੜੀ ਏਸ਼ੀਅਨ ਇੰਡੀਆ ਉਦੇ ਵਿੱਚ ਦੇਖੋ ਸਾਰੀ ਡਿਟੇਲ ਤੁਹਾਨੂੰ ਬਾਕੀ ਦੀ ਉਹਨਾਂ ਕਲਾਸਾਂ ਦੇ ਵਿੱਚ ਮਿਲੂਗੀ ਜੀ ਨਗੇਸ਼ਵਰ ਨਾਗਾਵਾੜ ਕੁੰਸੀ ਰਾਜਪੂਟ ਉਤਰੀ ਸੋਰਾਸ਼ਟਰ ਗੁਜਰਾਤ ਹੜੱਪਾ ਸਥਾਨ ਹਨ ਕੁੰਸੀ ਦੀ ਖੋਦਾਈ 1988 ਦੇ ਵਿੱਚ ਕੁੰਸੀ ਤੋਂ ਬੰਦਰਗਾਹ ਦੇ ਸਬੂਤ ਮਿਲੇ ਆ ਜੀ ਠੀਕ ਹੈ ਤੇ ਇਹ ਫੁਲਕੀ ਨਦੀ ਦੇ ਕਿਨਾਰੇ ਤਿਸਤ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਟੈਲੀਗ੍ਰਾਮ ਲਿੰਕ ਜੁਆਇਨ ਕਰ ਲਓ ਤੇ ਐਪ ਨੂੰ ਪਲੇ ਸਟੋਰ ਤੋਂ ਇੰਸਟਾਲ ਕਰ ਲਓ ਐਪ ਦੇ ਵਿੱਚ ਤੁਹਾਨੂੰ ਇਹ ਪੀਡੀਐਫ ਫ੍ਰੀ ਮਿਲੂਗੀ ਅੱਗੇ ਆਜੋ ਜੀ ਸੀਪ ਉਦਯੋਗ ਲੋਥਲ ਬਾਲਾਕੋਟ ਜਾਂ ਕਿ ਲੋਕ ਬਰੋਚਸਤਾਨ ਤੋਂ ਵਿਕਸਿਤ ਹੋਣ ਦਾ ਸਬੂਤ ਮਿਲਿਆ ਤੋਲਾ ਵੀਰਾ ਜਿਹੜਾ ਹੈਗਾ ਜੀ ਤੋਂ ਮੱਝ ਦੀ ਹੱਡੀ ਦਾ ਬਣਿਆ ਪੈਮਾਨਾ ਮਿਲਿਆ ਮਹਜੋਦੜੋ ਤੋਂ ਮੁੱਖੀ ਪਿੰਜਰ ਨੇੜੇ ਬੱਕਰੀ ਦਾ ਪਿੰਜਰ ਮਿਲਿਆ ਮਾਰਸ਼ਲ ਦੇ ਅਨੁਸਾਰ ਹੜੱਪਾ ਸਭਿਅਤਾ ਆਪਣੇ ਆਪ ਵਿਕਸਿਤ ਹੋਈ ਇਸ ਦਾ ਪੱਛਮ ਦੇ ਨਾਲ ਕੋਈ ਸਬੰਧ ਨਹੀਂ ਸੀਗਾ ਨਾਗਰ ਦੁਰਗ ਨੇ ਕਿਲੇ ਬੈਂਡ ਇਹ ਇਤਿਹਾਲੇ ਬੰਦੋਬਸਤ ਨੂੰ ਸਬੂਤ ਜਿਹੜਾ ਹੈਗਾ ਦੇ ਸਬੂਤ ਸੁਤਕਾ ਗੰਦੋਰ ਤੋਂ ਮਿਲੇ ਹੈ ਸਵਾਤ ਕਾਟੀ ਨੂੰ ਉੱਤਰੀ ਹੜੱਪਾ ਦਾ ਉੱਤਰੀ ਸ੍ਰਮ ਮੰਨਿਆ ਜਾਂਦਾ ਹੈ ਲੋਥਲ ਤੋਂ ਸੋਨੇ ਦੀ ਧਾਤੂ ਦੇ ਵਿਸ਼ੇਸ਼ ਨਹੀਂ ਮਿਲੇ ਮਹੰਜਦਾੜੋ ਦੀਆਂ ਮੋਹਰਾਂ ਦੇ ਤੇ ਸ਼ੇਰ ਨਾਲ ਲੜ ਰਹੇ ਵਿਅਕਤੀ ਦੀ ਤਸਵੀਰ ਪਾਈ ਗਈ ਹੈ ਮਹੰਜਦਾੜੋ ਤੋਂ ਮਿੱਟੀ ਦੇ ਰੱਤ ਦਾ ਨਮੂਨਾ ਮਿਲਿਆ ਰਾਤ ਦਾ ਸੌਰੀ ਮਿੱਟੀ ਦੇ ਰੱਤ ਦਾ ਨਮੂਨਾ ਮਿਲਿਆ ਰਾਖੀਗੜੀ ਉਸ ਸਮੇਂ ਦਾ ਮਹਾਨ ਨਗਰ ਸੀਗਾ ਜੀ ਹਾਂਜੀ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਸੀਗੀ ਆਪਣੀ ਕਲਾਸ ਜੀ ਥੈਂਕਸ ਫॉर ਵਾਚਿੰਗ ਪਲੀਜ਼ ਚੈਨਲ ਨੂੰ ਲਾਈਕ ਜਰੂਰ ਕਰੋ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਕਲਾਸ ਨੂੰ ਸ਼ੇਅਰ ਵੀ ਜਰੂਰ ਕਰੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਲੈ ਕੇ ਆਇਆ ਕਰਾਂਗੇ ਜੀ ਆਪਣੀ ਜਿਹੜੀ ਡੇਲੀ ਕਲਾਸ ਹੁੰਦੀ ਹੈ ਫ੍ਰੀ YouTube ਤੇ 5 ਵਜੇ ਤੋਂ ਕਲਾਸ ਨੂੰ ਜਰੂਰ ਦੇਖਿਆ ਕਰੋ ਠੀਕ ਹੈ ਉਹਦੇ ਚ ਆਪਾਂ 25-30 ਕੁਐਸਚਨ ਕਰਦੇ ਆਂ ਵਿਦ ਐਕਸਪਲੇਨੇਸ਼ਨ ਕਰਦੇ ਆਂ ਤੇ class ਦੇ ਵਿੱਚ ਜਿਹੜਾ ਹੈਗਾ ਜੁਆਇਨਿੰਗ ਜਰੂਰ ਦਿਆ ਕਰੋ ਆਪਣੀ ਹਾਜ਼ਰੀ ਜਰੂਰ ਲਵਾਇਆ ਕਰੋ ਤੇ class ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਸਾਡੇ ਨਾਲ ਜੁੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜਲਦ ਮਿਲਦੇ ਹਾਂ ਨਵੀਂ class ਦੇ ਨਾਲ ਥੈਂਕਸ ਫॉर ਵਾਚਿੰਗ